This is the ICS Network and you're watching Indian Culture Show Sur Sangeet. ICS Network and you're watching Indian Culture Show Sur Sangeet. Mr. Lamba, you are so welcome in New York and today I want to take advantage of this opportunity that you be here all the way from India to New York and your magazine Sant Sipahi. I'm thankful and grateful to you for giving me an opportunity to be with you. It's really a great occasion that I am able to have contacts through your media with the people here. The magazine, as you know, as people know it, it's the oldest Punjabi magazine from Punjab in Punjabi. It started in 1945 by Master Tara Singh. And he had started this and he had edited it thereafter. Great Professor Manjeet Singh, his son Manjeet Singh, his BA. He was editing it later on, Dr. Rajinder Kaur, and then Wing Commander Kamaljeet Singh, and then B.B. Kiran Jyot Kaur, the Secretary General. They had also edited it. I am fortunate that I am now editing this magazine. So this is the socio-panthak religious magazine, which is being brought out regularly. And this is coming here also. People are well aware and they know this magazine. So I'm being editing this magazine. So this is the brief introduction of that. Lamba ji, jis tarah tusi hun New York vich aaye ho ji aur is darmiyan tusi Sikh community de different jo sade ithe de numainde ne unhan nu vi saryan nu mile ho ji aur bahut hi ਅਸੀਂ ਕਹਾਂਗੇ ਕਿ ਸਾਡੀ ਇੱਕ ਓਪਰਚੁਨਿਟੀ ਔਰ ਬੜਾ ਹੀ ਵੱਡਾ ਸਾਡੇ ਲਈ ਇਹ ਸਮਾਂ ਹੈ ਕਿ ਅਸੀਂ ਇਸ ਸਾਲ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਜੀ ਉਹ ਦਿਨ ਮਨਾ ਰਹੇ ਹਾਂ ਜੀ ਕਿ ਜਦੋਂ ਇਹ ਗੁਰੂ ਹਰਿਮੰਦਰ ਸਾਹਿਬ ਦੇ ਵਿੱਚ ਇਹਨਾਂ ਦੀ ਇੰਸਟਾਲੇਸ਼ਨ ਹੋਈ ਸੀ ਜੀ ਜੀ ਤਾਂ ਪੰਜਾਬ ਤੋਂ ਤੁਸੀਂ ਆਏ ਹੋ ਇੰਡੀਆ ਤੋਂ ਉੱਥੇ ਔਰ ਇੱਥੇ ਦੇ ਵਿੱਚ ਇਹਦੀਆਂ ਕੀ ਤਿਆਰੀਆਂ ਹੋ ਰਹੀਆਂ ਨੇ ਜੋ ਤੁਸੀਂ ਵੇਖਿਆ ਨੇ ਇੱਕ ਪੱਤਰਕਾਰ ਦੀ ਨਜ਼ਰ ਦੇ ਨਾਲ ਅਰਸਾ ਜੀ ਪਹਿਲੀ ਗੱਲ ਤਾਂ ਬੜਾ ਅੱਛਾ ਹੈ ਕਿ ਮੌਕਾ ਬਾਰ ਵੀ ਜਿਹੜੀ ਇਸ ਗੱਲ ਬਾਰੇ ਚੇਤਨਤਾ ਹੈ ਔਰ ਇੱਕ ਬੜੀ ਵੱਡੀ ਚੀਜ਼ ਹੈ ਕਿ ਜਿੱਥੇ ਵੀ ਗੁਰੂ ਘਰ ਹੈ ਜਿੱਥੇ ਵੀ ਗੁਰਦੁਆਰਾ ਹੈ ਜਿੱਥੇ ਵੀ ਕੋਈ ਸਿੱਖ ਵੱਸਦਾ ਹੈ ਸਿੱਖ ਪਹੁੰਚਦਾ ਹੈ ਨਾਲ ਹੀ ਉਸਦੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਉਹ ਉੱਥੇ ਆਪਣੇ ਸਾਰੋ ਕਾਰ ਵਿਹਾਰ ਔਰ ਸਾਰਾ ਕੁਝ ਕਰਦਾ ਹਰ ਗੁਰਦੁਆਰੇ ਦੇ ਵਿੱਚ ਸੰਸਾਰ ਭਰ ਦੇ ਵਿੱਚ ਗੁਰੂ ਉਸਦੇ ਅੰਗ ਸੰਗ ਹੈ ਗੁਰੂ ਉਸਦੇ ਨਾਲ ਹੈ ਗੁਰੂ ਗ੍ਰੰਥ ਸਾਹਿਬ ਨੂੰ ਹਰਿਮੰਦਰ ਸਾਹਿਬ ਵਿੱਚ ਸਥਾਪਿਤ ਕਰਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਅਦੁੱਤੀ ਕਾਰਨਾਮਾ ਸੀ ਇਹ ਅਕਾਲ ਪੁਰਖ ਦੇ ਹੁਕਮ ਅਨੁਸਾਰ ਜਿਸ ਕਾਰਜ ਲਈ ਉਹਨਾਂ ਨੂੰ ਭੇਜਿਆ ਗਿਆ ਸੀ ਉਹ ਕਾਰਜ ਸੰਪੂਰਨ ਹੋਇਆ ਜਦੋਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸਥਾਪਨਾ ਕੀਤੀ ਮੰਜੀ ਸਾਹਿਬ ਦੇ ਉੱਤੇ ਜਦੋਂ ਹਰਿਮੰਦਰ ਸਾਹਿਬ ਸੁਸ਼ੋਭਿਤ ਹੋ ਗਏ ਇਸ ਮਹਾਨ ਗ੍ਰੰਥ ਲਈ ਜਿਹੜਾ ਕਿ ਰੱਬ ਦਾ ਸਰਗਣ ਸਰੂਪ ਹੈ ਉਸਦੇ ਲਈ ਫਿਰ ਉਤਨੀ ਹੀ ਆਲੀਸ਼ਾਨ ਇਮਾਰਤ ਉਤਨੀ ਹੀ ਵੱਡੀ ਇਮਾਰਤ ਉਸੇ ਤਰ੍ਹਾਂ ਦੀ ਚੀਜ਼ ਢੁੱਕਵੀਂ ਜਿਹੜੀ ਸੀ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਗਈ ਇਹ ਠੀਕ ਹੈ ਸ਼ਤਾਬਦੀ ਆ ਗਈ ਪਰ ਨਾਲ ਹੀ ਇਹ ਕਹਿਣ ਵਿੱਚ ਵੀ ਗੁਰੇਜ਼ ਨਹੀਂ ਹੋਏਗਾ ਅਸੀਂ ਕਈ ਸ਼ਤਾਬਦੀਆਂ ਪਹਿਲਾਂ ਵੀ ਦੇਖ ਚੁੱਕੇ ਹਾਂ ਸਭ ਤੋਂ ਸ਼ਤਾਬਦੀ ਮਨਾਉਣ ਦਾ ਰਿਵਾਜ਼ ਇੰਸਪੈਕਸ਼ਨ ਕਰਨ ਵਿੱਚ ਕੋਈ ਗੁਰੇਜ਼ ਨਹੀਂ ਹੋਏਗਾ ਜੇ ਅੱਜ ਅਸੀਂ ਇਹ ਬੈਲੈਂਸ ਸ਼ੀਟ ਕੱਢੀਏ ਤਾਂ ਅਸੀਂ ਇਹਨਾਂ ਸ਼ਤਾਬਦੀਆਂ ਤੋਂ ਕੁਝ ਹਾਸਲ ਨਹੀਂ ਕਰ ਸਕੇ ਇਹ ਸਾਡੀ ਬਦਕਿਸਮਤੀ ਕਹੀ ਜਾਏਗੀ ਕਿ ਇਤਨੇ ਮਹਾਨ ਸਮੇਂ ਇਤਨਾ ਕੁਝ ਸਾਡੇ ਕੋਲ ਆਇਆ ਔਰ ਜਿਹੜੇ ਇਤਨੇ ਵੱਡੇ ਵੱਡੇ ਨਾਰੇ ਇਤਨੇ ਵੱਡੇ ਵੱਡੇ ਅਸੀਂ ਐਲਾਨ ਕੀਤੇ ਕਿ ਇਸ ਸ਼ਤਾਬਦੀ ਦੇ ਉੱਤੇ ਇਹ ਹੋ ਜਾਏਗਾ ਜਾਂ ਅਸੀਂ ਫਲਾਣਾ ਕਰ ਲਵਾਂਗੇ ਹੁਣ ਅਸਲੀਅਤ ਇਹ ਹੈ ਕਿ ਠੀਕ ਹੈ ਉਸ ਦਿਨ ਦੀਵਾਨ ਹੋਣਗੇ ਗੁਰੂ ਗ੍ਰੰਥ ਸਾਹਿਬ ਬਾਰੇ ਲੈਕਚਰ ਹੋਣਗੇ ਕਥਾ ਹੋਣਗੀਆਂ ਪਰ ਕੀ ਗੁਰੂ ਗ੍ਰੰਥ ਸਾਹਿਬ ਨੂੰ ਸਹੀ ਮਾਇਨੇ ਦੇ ਵਿੱਚ ਸਾਰੀ ਕੌਮ ਉਸਨੂੰ ਗੁਰੂ ਮੰਨ ਲਏਗੀ ਕੀ ਉਸ ਤੋਂ ਬਾਅਦ
ਕਿਸੇ ਦੇਹਧਾਰੀ ਨੂੰ ਮੱਥਾ ਨਹੀਂ ਟੇਕਿਆ ਜਾਏਗਾ, ਕਿ ਉਸ ਤੋਂ ਬਾਅਦ ਕਿਸੇ ਮੜੀਆਂ ਮਸਾਣਾਂ ਦੇ ਉੱਤੇ ਸਿਰ ਨਹੀਂ ਚੁੱਕੇਗਾ। ਜੇ ਤਾਂ ਇਹ ਗੱਲ ਹੋ ਜਾਏ ਫਿਰ ਤਾਂ ਇਹ ਸ਼ਤਾਬਦੀ ਮਨਾਈ ਵੀ ਮੁਬਾਰਕ ਹੈ, ਨਹੀਂ ਤਾਂ ਫਿਰ ਇਹ ਵੀ ਉਸੇ ਤਰ੍ਹਾਂ ਦੀ ਸ਼ਤਾਬਦੀ ਲੰਘ ਜਾਣੀ ਹੈ ਔਰ ਇਸ ਦਾ ਕਿਤਨਾ ਕੁ ਲਾਭ ਅਸੀਂ ਲੈ ਸਕਾਂਗੇ ਇਹ ਅਫਸੋਸ ਸਾਡੇ ਮਨ ਵਿੱਚ ਜ਼ਰੂਰ ਰਹਿ ਜਾਏਗਾ। I want to know and I want to give you how to tell yes. our viewers because always now in especially in America Ji. and overseas anywhere like UK, Ji. Canada, America, we have to try to recognize ourselves like Ji. we are the same. Ji. Ji. I want first of all you tell to our viewers Ji. what is the philosophy behind the Sikhism, especially when the 10th guru Guru Gobind Singh Ji. he say Guru Manyo Granth Ji. and before is the 10 master Ji. guru Ji. so what is the story behind of this? That's a good question. That is what we ought to know and we should know, and rather I suppose everyone knows. The only thing is that if one we do not want to live by that, that's a different thing, but the answer is well known to everybody that what is the philosophy. Basically, ਜੇ ਅਗਰ ਤੁਸੀਂ ਇਜਾਜ਼ਤ ਦਿਓ ਉਹਨੂੰ ਥੋੜ੍ਹੇ ਲਫਜ਼ਾਂ 'ਚ ਅਗਰ ਸਮਝਣ ਦੀ ਕੋਸ਼ਿਸ਼ ਕਰੀਏ, ਦੋ ਕਿਸਮ ਦੇ ਧਰਮ ਸੰਸਾਰ ਦੇ ਵਿੱਚ ਸਨ, ਕਿਤਾਬੀਆ ਅਤੇ ਨਾਨ ਕਿਤਾਬੀਆ, ਸੈਮੇਟਿਕ ਅਤੇ ਨਾਨ ਸੈਮੇਟਿਕ। ਦੋਨਾਂ ਦੇ 'ਚ ਮੁੱਢਲੀ ਫਿਲਾਸਫੀ ਇਹ ਫਰਕ ਸੀ, ਫਲਸਫੇ ਦੇ ਤੌਰ 'ਤੇ ਫਲਸਫੇ ਦੀ ਪੱਧਰ ਦੇ ਉੱਤੇ ਅਗਰ ਕੋਈ ਫਰਕ ਸੀ ਤਾਂ ਇੱਕ ਤਾਂ ਉਹ ਸਨ ਜਿਹੜੇ ਸਮਝਦੇ ਸਨ ਕਿ ਖੁਦਾ ਇੱਕ ਹੈ, ਰੱਬ ਇੱਕ ਹੈ, ਮਗਰ ਉਸ ਰੱਬ ਤੱਕ ਪਹੁੰਚਣ ਲਈ ਕਿਸੇ ਵਿਸ਼ੇਸ਼ ਪ੍ਰੋਫਿਟ ਦੇ ਰਾਹੀਂ, ਕਿਸੇ ਪੈਗੰਬਰ ਦੇ ਰਾਹੀਂ ਉਸ ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਉਹਨਾਂ ਦਾ ਫਿਲਾਸਫੀ ਸੀ। ਗੁਰੂ ਨਾਨਕ ਦੇਵ ਜੀ ਵੀ ਜਿਸ ਵੇਲੇ ਬਗਦਾਦ ਗਏ, ਇਹਨਾਂ ਨੂੰ ਵੀ ਉਸ ਵੇਲੇ ਇਹੀ ਕਿਹਾ ਗਿਆ, ਅਵਲ ਨਾਮ ਪਹਿਲਾ ਨਾਂ ਖੁਦਾਏ ਕਾ, ਦੂਜਾ ਹੁਕਮ ਰਸੂਲ, ਤੀਜਾ ਕਲਮਾ ਪੜ੍ਹ ਲੈ ਨਾਨਕਾ, ਜੇ ਦਰਗੇ ਹੋਣਾ ਕਬੂਲ। ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਏਕੋ ਸਿਮਰੋ ਨਾਨਕਾ, ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ ਜੋ ਜੰਮੇ ਅਤੇ ਮਰ ਜਾਏ। ਤਾਂ ਉਹਨਾਂ ਨੇ ਇੱਕ ਗੱਲ ਕਹੀ, ਨਹੀਂ ਰੱਬ ਸਾਰੇ ਕੰਮ ਕਰ ਸਕਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਨੇ ਮੁਸਕਰਾ ਕੇ ਕਿਹਾ ਸੀ ਕਿ ਨਹੀਂ, ਮੈਂ ਇਹ ਗੱਲ ਨਹੀਂ ਮੰਨਦਾ ਕਿ ਰੱਬ ਸਾਰੇ ਕੰਮ ਕਰ ਸਕਦਾ। ਇਹ ਇੱਕ ਬੜਾ ਵੱਡਾ ਫਿਲਾਸਫੀਕਲ ਤੌਰ 'ਤੇ ਅਟੈਕ ਸੀ ਕਿ ਇਹ ਕਹਿ ਦੇਣਾ, ਜਿਹੜੇ ਕਹਿ ਰਹੇ ਹਨ ਰੱਬ ਸਾਰੇ ਕੰਮ ਕਰ ਸਕਦਾ ਹੈ, ਉਹ ਇਹ ਕਹਿਣਾ ਕਿ ਰੱਬ ਸਾਰੇ ਕੰਮ ਨਹੀਂ ਕਰ ਸਕਦਾ। ਤਾਂ ਉਹਨਾਂ ਨੇ ਪੁੱਛਿਆ, ਆ ਕੁਦਾਮ ਸਿਆਸਤ ਕੇ ਖੁਦ ਖੁਦਾਏ 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 ਖਲੇ ਪੈਦਾ ਨਵੇਂ ਸ਼ਬਦ, ਆ ਕੁਦਾਮ ਸੇ ਖੁਦ ਖੁਦਾਏ ਖਲੇ ਪੈਦਾ ਨਵੇਂ ਸ਼ਬਦ, ਉਹ ਕਿਹੜੀ ਚੀਜ਼ ਹੈ ਜਿਹੜੀ ਰੱਬ ਚਾਹੇ ਤਾਂ ਪੈਦਾ ਨਹੀਂ ਕਰ ਸਕਦਾ? ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਆ ਕੁਦਾਮ ਸਿਆਸਤ ਕੇ ਖੁਦ ਖੁਦਾਏ ਖੁਦਾਏ ਦੀਗਰ ਪੈਦਾ ਨਵੇਂ ਸ਼ਬਦ, ਜੇ ਰੱਬ ਚਾਹੇ ਮੈਂ ਇੱਕ ਰੱਬ ਹੋਰ ਪੈਦਾ ਕਰ ਲਵਾਂ ਤਾਂ ਇਹ ਉਹ ਰੱਬ ਵੀ ਨਹੀਂ ਕਰ ਸਕਦਾ। ਏਕੋ ਹੈ ਭਾਈ, ਏਕੋ ਹੈ ਸਾਹਿਬ, ਮੇਰਾ ਏਕੋ ਹੈ। ਗੁਰੂ ਸਾਹਿਬ ਨੇ ਰੱਬ ਦੇ ਬੜੇ ਗੁਣ ਦੱਸੇ ਹਨ, ਪਰ ਇੱਕ ਗੁਣ ਜਿਹੜਾ ਉਹਨਾਂ ਨੇ ਦੱਸਿਆ ਹੈ ਉਹ ਇਹ ਦੱਸਿਆ ਹੈ ਕਿ ਨਾ ਕੋ ਹੋਆ ਨਾ ਕੋ ਹੋਏ, ਨਾ ਕੋ ਉਹਦੇ ਵਰਗਾ ਹੋਇਆ ਹੈ ਨਾ ਕੋਈ ਹੋਰ ਹੋਣਾ ਹੈ। ਗੁਰਮਤਿ ਦੀ ਫਿਲਾਸਫੀ ਦੇ ਮੁਤਾਬਕ ਬਹੁਤ ਸਿੱਧੀ ਜਿਹੀ ਗੱਲ ਹੈ ਕਿ ਜਿਹੜਾ ਮੁਸਲਮਾਨਾਂ ਦਾ ਖੁਦਾ ਹੈ, ਜਿਹੜਾ ਹਿੰਦੂਆਂ ਦਾ ਰਾਮ ਹੈ, ਜਿਹੜਾ ਹਿੰਦੂਆਂ ਦਾ ਖੁਦਾ ਹੈ, ਜਿਹੜਾ ਉਹਨਾਂ ਦਾ ਪਰਮਾਤਮਾ ਹੈ, ਜਾਂ ਨਾਸਤਿਕਾਂ ਦਾ ਵੀ ਜਿਹੜਾ ਸਿਰਜਣਹਾਰ ਹੈ, ਪਰਮਾਤਮਾ ਕੇਵਲ ਇੱਕ ਹੈ, ਦੋ ਨਹੀਂ ਹੋ ਸਕਦੇ। ਕੋਈ ਸਿੱਖਾਂ ਦਾ ਰੱਬ ਕੋਈ ਵੱਖਰਾ ਨਹੀਂ ਹੈ ਜਾਂ ਕੋਈ ਦੂਸਰੇ ਮੁਲਕਾਂ ਦਾ ਵੱਖਰਾ ਨਹੀਂ ਹੈ, ਕ੍ਰੀਏਟਰ ਇੱਕ ਹੈ, ਬਾਕੀ ਸਾਰੀ ਉਹਦੀ ਕ੍ਰੀਏਸ਼ਨ ਹੈ। ਗੁਰੂ ਸਾਹਿਬ ਨੇ ਜਿਹੜੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਜੀ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ। ਇੱਕ ਆਪ ਰੱਬ ਸੀ, ਦੂਜੀ ਉਹਦੀ ਕੁਦਰਤ ਸੀ। ਇੱਕ ਕਾਦਰ ਹੈ, ਇੱਕ ਉਹਦੀ ਕੁਦਰਤ ਹੈ। ਇੱਕ ਕ੍ਰੀਏਟਰ ਹੈ, ਇੱਕ ਉਹਦੀ ਕ੍ਰੀਏਸ਼ਨ ਹੈ। ਕ੍ਰੀਏਟਰ ਨੇ ਕ੍ਰੀਏਸ਼ਨ ਪੈਦਾ ਕੀਤੀ ਔਰ ਉਸ ਕ੍ਰੀਏਸ਼ਨ ਦੇ ਵਿੱਚ ਖੁਦ ਸਮਾ ਗਿਆ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਸੀ ਕਿ ਰੱਬ ਨੂੰ ਕੀ ਲੋੜ ਪੈ ਗਈ ਇਤਨੀ ਖਲਕਤ ਤਿਆਰ ਕਰਨ ਦੀ, ਇਤਨੇ ਵਿਅਕਤੀ ਪੈਦਾ ਕਰਨ ਦੀ, ਇਤਨੇ ਲੋਕ ਪੈਦਾ ਕਰਨ ਦੀ? ਤਾਂ ਗੁਰੂ ਸਾਹਿਬ ਨੇ ਹੱਸ ਕੇ ਕਿਹਾ, ਰੱਬ ਨੂੰ ਆਪਣੇ ਘਰ ਲਈ ਟਿਕਾਣੇ ਚਾਹੀਦੇ ਸਨ। ਹਰ ਕਿਸੇ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਹੈ। ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਗੁਰੂ ਨਾਨਕ ਸਾਹਿਬ ਨੇ ਗੁਰਮਤ ਨੇ ਇਹ ਫਿਲਾਸਫੀ ਦਿੱਤੀ ਹੈ, ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਇਹ ਜਿਹੜੀ ਇੱਕ ਫਿਲਾਸਫੀਕਲ ਪੱਧਰ ਦੇ ਉੱਤੇ ਜਿਹੜੇ ਇਹ ਇੱਕ ਫਿਲਾਸਫੀ ਦਿੱਤੀ ਗਈ ਕਿ ਤੁਸੀਂ ਕਿਸੇ ਪੈਗੰਬਰ ਦੇ ਰਾਹੀਂ ਰੱਬ ਤੱਕ ਪਹੁੰਚ ਸਕਦੇ ਹੋ, ਗੁਰੂ ਨਾਨਕ ਸਾਹਿਬ ਨੇ ਕਿਹਾ,
ਗੁਰਮਤ ਨੇ ਫਿਲਾਸਫੀ ਦਿੱਤੀ, ਹਰ ਕੋ ਭਜੇ ਸੋ ਹਰ ਕਾ ਹੋਏ। ਕਬੀਰ ਸਾਹਿਬ ਤਾਂ ਇੱਥੇ ਤੱਕ ਕਹਿੰਦੇ ਨੇ ਕਿ ਐਸੀ ਅਵਸਥਾ ਆਉਂਦੀ ਹੈ, ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ। ਰੱਬ ਵੀ ਢੂੰਡਦਾ ਫਿਰਦਾ ਹੈ ਕਿ ਮੇਰੀ ਬਾਂਧੀ ਭਗਤ ਛਡਾਵੇ, ਬਾਂਧੀ ਭਗਤ ਨਾ ਛੁੱਟੇ ਮੋਹੇ, ਇਹ ਅਵਸਥਾ ਬਣ ਜਾਂਦੀ ਹੈ। ਸੋ ਇੱਕੋ ਫਿਲਾਸਫੀ ਸੀ ਜਿਹੜੀ ਰੱਬ ਦੇ ਰਾਹੀਂ ਪਹੁੰਚਣ ਲਈ ਕਿਸੇ ਵਿਚੋਲੇ ਤੱਕ ਸੀਮਤ ਸੀ। ਦੂਸਰੇ ਪਾਸੇ ਉਹ ਲੋਕ ਸਨ ਜਿਨ੍ਹਾਂ ਨੇ ਰੱਬ ਦੇ ਤਿੰਨ ਰੂਪ ਬਣਾ ਦਿੱਤੇ, ਰੱਬ ਦੀਆਂ ਵੰਡੀਆਂ ਪਾ ਦਿੱਤੀਆਂ, GOD, ਜਨਰੇਟਰ, ਓਪਰੇਟਰ, ਡਿਸਟਰੋਇਰ। ਉਸ ਨੂੰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡ ਦਿੱਤਾ, ਇਹ ਹਿੱਸਾ ਪੈਦਾ ਕਰਨ ਵਾਲਾ ਹੈ, ਇਹ ਹਿੱਸਾ ਮਾਰਨ ਵਾਲਾ ਹੈ, ਇਹ ਹਿੱਸਾ ਉਹਨੂੰ ਬਣਾਉਣ ਵਾਲਾ ਹੈ। ਤੋ ਜਿਸ ਨੇ ਇਹਨਾਂ ਦੀ ਫਿਲਾਸਫੀ ਦੇ ਮੁਤਾਬਕ ਜਿਸ ਨੇ ਅਤੇ ਜਿਸ ਨੂੰ ਕਹਿੰਦੇ ਹਨ ਨਾਸ਼ ਕਰਨਾ ਹੈ ਸ਼ਿਵ, ਉਹਦੇ ਜਗ੍ਹਾ ਜਗ੍ਹਾ ਜਿੱਥੇ ਵੀ ਕੋਈ ਪੱਥਰ ਗੋਲ ਜਿਹਾ ਲੰਬਾ ਜਿਹਾ ਦੇਖਿਆ, ਚੁੱਕ ਕੇ ਉਹਦਾ ਮੰਦਰ ਬਣਾ ਦਿੱਤਾ। ਇਹ ਇੱਕ ਬੜੀ ਅਜੀਬ ਜਿਹੀ ਗੱਲ ਸੀ। ਤਾਂ ਗੁਰੂ ਨਾਨਕ ਗੁਰਮਤਿ ਦੀ ਫਿਲਾਸਫੀ ਨੇ ਕਿਹਾ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਇਹ ਹੁਣ ਮੁੱਢਲਾ ਫਰਕ ਇਹ ਸੀਗਾ ਕਿ ਆਸਤਕ ਉਹ ਵੀ ਹਨ, ਦੋਨੋਂ ਆਸਤਕ ਹਨ, ਗੁਰਮਤਿ ਵੀ ਆਸਤਕ ਹੈ। ਇੱਕ ਜਿਹੜੇ ਹਨ ਉਹ ਕਹਿ ਰਹੇ ਹਨ ਰੱਬ ਨੂੰ ਪਹੁੰਚਣ ਲਈ ਤੁਸੀਂ ਫਲਾਣੇ ਰਸਤੇ 'ਤੇ ਉਸ ਪੈਗੰਬਰ ਦੇ ਰਾਹੀਂ ਪਹੁੰਚੋਗੇ, ਜਦੋਂ ਆਖਰਤ ਦਾ ਸਮਾਂ ਆਏਗਾ ਉਹ ਪ੍ਰੋਫਿਟ ਤੁਹਾਡੇ 'ਤੇ ਹੱਥ ਰੱਖੇਗਾ, ਫਿਰ ਤੁਸੀਂ ਮੁਕਤ ਹੋ ਜਾਓਗੇ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਦੀ ਇੱਕ ਬਹੁਤ ਸਾਖੀ ਬਹੁਤ ਸੁਣਾਈ ਜਾਂਦੀ ਹੈ ਕਿ ਜਦੋਂ ਬਹਾਦਰ ਸ਼ਾਹ ਦੇ ਪੀਰ ਨੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਹਾ ਸੀ ਕਿ ਰੱਬ ਜਿਹੜਾ ਹੈ ਪੈਗੰਬਰ ਜੋ ਹੈ ਪ੍ਰੋਫਿਟ ਹੈ ਉਹ ਜਿਸ 'ਤੇ ਹੱਥ ਰੱਖੇਗਾ ਬਖਸ਼ਿਆ ਜਾਏਗਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਸਿੱਕਾ ਦੇ ਕੇ ਕਿਹਾ ਸੀ ਕਿ ਫਲਾਣੀ ਚੀਜ਼ ਲਿਆਓ। ਜਦੋਂ ਆ ਕੇ ਕਿਹਾ, ਉਹਨੇ ਕਿਹਾ ਜੀ ਇਹ ਸਿੱਕਾ ਨਹੀਂ ਚੱਲਿਆ, ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਹਾਦਰ ਸ਼ਾਹ ਨੂੰ ਕਿਹਾ, ਬਹਾਦਰ ਸ਼ਾਹ ਨੂੰ ਕਿਹਾ ਕੀ ਗੱਲ ਤੇਰੇ ਰਾਜ ਵਿੱਚ ਤੇਰਾ ਸਿੱਕਾ ਚੱਲਣਾ ਬੰਦ ਹੋ ਗਿਆ। ਉਸਨੇ ਸਿੱਕਾ ਦੇਖ ਕੇ ਕਿਹਾ ਕਿ ਇਹ ਜੋ ਸਿੱਕਾ ਹੈ ਖੋਟਾ ਹੈ, ਇਹ ਕਿਸ ਤਰ੍ਹਾਂ ਚੱਲ ਸਕਦਾ ਹੈ? ਤਾਂ ਗੁਰੂ ਸਾਹਿਬ ਨੇ ਕਿਹਾ ਪਰ ਤੇਰੀ ਮੋਹਰ ਲੱਗੀ ਹੈ। ਉਸਨੇ ਕਿਹਾ ਮੋਹਰ ਨਾਲ ਕੀ ਹੋਏਗਾ? ਗੁਰੂ ਸਾਹਿਬ ਨੇ ਉਸ ਮੌਲਵੀ ਨੂੰ ਕਿਹਾ ਕਿ ਕੁਛ ਸਮਝ ਆਈ, ਖਾਲੀ ਮੋਹਰ ਨਾਲ ਕੀ ਹੋ ਜਾਏਗਾ? ਤਾਂ ਉਸਨੇ ਕਿਹਾ ਕਿ ਮਜ਼ਹਬ ਕਿਹੜਾ ਚੰਗਾ ਹੈ, ਤੁਹਾਡਾ ਚੰਗਾ ਹੈ ਕਿ ਮੇਰਾ ਚੰਗਾ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਇਹ ਜਿਹੜੀ ਯੂਨੀਵਰਸੈਲਿਟੀ ਸੀ ਅਤੇ ਇਹ ਇੱਕ ਦੇ ਰਾਹੀਂ ਪਹੁੰਚਣ ਦੀ ਸੀ, ਇਸ ਨੂੰ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਜਿੱਤ ਦੁਆਰੇ ਉਭਰੇ ਤੇਤੇ ਲਿਓ ਬਾਰ, ਜਿਹੜਾ ਵੀ ਸੰਸਾਰ ਦੇ ਵਿੱਚ ਕੋਈ ਵਿਅਕਤੀ ਹੈ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲੇ, ਬਹੁਤ ਐਸੇ ਵਿਅਕਤੀ ਹੋ ਚੁੱਕੇ ਹਨ, ਲੱਖਾਂ ਕਰੋੜਾਂ ਹੋ ਚੁੱਕੇ ਹਨ ਜਿਨ੍ਹਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੈ, ਜਿਹੜੇ ਰੱਬ ਤੱਕ ਪਹੁੰਚੇ ਹੋਏ ਸਨ। ਸ਼ਰਤ ਕੇਵਲ ਇੱਕ ਹੈ ਕਿ ਜਿਸ ਨੇ ਕੇਵਲ ਰੱਬ ਦੀ ਆਰਾਧਨਾ ਕੀਤੀ ਹੈ। ਦੂਸਰੇ ਪਾਸੇ ਜਿਨ੍ਹਾਂ ਨੇ ਰੱਬ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਦਿੱਤਾ, ਇੱਕ ਬਣਾਉਣ ਵਾਲਾ, ਇੱਕ ਪਾਲਣਾ ਕਰਨ ਵਾਲਾ, ਇੱਕ ਨਾਸ਼ ਕਰਨ ਵਾਲਾ, ਫਿਰ ਜਿਹੜਾ ਪਾਲਣਾ ਕਰਨ ਵਾਲਾ ਹੈ ਉਸਦੇ ਅੱਗੋਂ 10 ਰੂਪ ਬਣਾ ਦਿੱਤੇ, ਉਸਦੇ 10 ਅਵਤਾਰ ਕਰ ਦਿੱਤੇ। ਉਹ ਅਵਤਾਰ ਵੀ ਕੇਵਲ ਆਦਮੀ ਤੱਕ ਹੀ ਨਹੀਂ ਸੀਮਤ ਕੀਤੇ, ਬਲਕਿ ਸ਼ੁਰੂ ਜਾਨਵਰਾਂ ਤੋਂ ਕਰਕੇ ਜਾਨਵਰ ਔਰ ਆਦਮੀ ਦੇ ਮਿਲਾਪ ਤੱਕ ਉਹ ਪੈਦਾ ਕਰ ਦਿੱਤੇ। ਔਰ ਉਸਦੇ ਵਿੱਚ ਉਹਨਾਂ ਨੇ ਪਹਿਲਾ ਅਵਤਾਰ ਜਿਹੜਾ ਸੀਗਾ ਉਹ ਵਰਾਹ ਅਵਤਾਰ ਕਿਹਾ, ਸੂਰ ਦੇ ਰੂਪ ਵਿੱਚ ਆਇਆ। ਸਾਡੇ ਰਾਸ਼ਟਰਪਤੀ ਦਾ ਨਾਂ ਵਰਾਹਵਰੀ ਵੈਂਕਟ ਗਿਰੀ ਸੀ। ਵਰਾਹ ਅਵਤਾਰ ਆਇਆ, ਕਦੀ ਕਛੂਏ ਦੇ ਰੂਪ ਵਿੱਚ ਆਇਆ, ਕੱਛ ਅਵਤਾਰ ਆਇਆ, ਫਿਰ ਮੱਛ ਅਵਤਾਰ ਆਇਆ, ਫਿਰ ਕਦੀ ਇਹਨਾਂ ਦਾ ਸੁਮੇਲ ਜਿਹੜਾ ਸੀ ਨਰਸਿੰਘ ਆਇਆ। ਤਾਂ ਇਸ ਤਰ੍ਹਾਂ ਕਰਕੇ ਵੱਖ ਵੱਖ ਅਵਤਾਰ ਕਰ ਦਿੱਤੇ ਕਿ ਰੱਬ ਨੇ ਜਨਮ ਲੈ ਲਿਆ। ਇਸ ਫਿਲਾਸਫੀ ਨੇ ਇਹ ਦਿੱਤਾ ਕਿ ਤੁਸੀਂ ਉਸ ਅਵਤਾਰ ਨੂੰ ਮੰਨ ਲਓ, ਤੁਸੀਂ ਰੱਬ ਦੀ ਪੂਜਾ ਕਰ ਲਈ। ਗੁਰਮਤਿ ਦੀ ਫਿਲਾਸਫੀ ਵਿੱਚ ਇਹ ਜੋ ਅਵਤਾਰ ਦੀ ਪੂਜਾ ਹੈ ਇਹ ਰੱਬ ਦੀ ਪੂਜਾ ਦੇ ਵਿਰੋਧ ਵਿੱਚ ਹੈ, ਇਹ ਰੁਕਾਵਟ ਹੈ, ਰੱਬ ਦੇ ਰਸਤੇ ਵਿੱਚ ਰੁਕਾਵਟ ਹੈ। ਅਵਤਾਰ ਦਰਅਸਲ ਰੁਕਾਵਟ ਬਣ ਗਿਆ ਕਿਉਂਕਿ ਅਮਲੀ ਤੌਰ ਦੇ ਉੱਤੇ ਜਿਹੜਾ ਕਿਸੇ ਦੀ ਆਰਾਧਨਾ ਕਰ ਰਿਹਾ ਕੇਵਲ ਉਸ ਤੱਕ ਹੀ ਸੀਮਤ ਹੋ ਗਿਆ, ਉਸ ਤੋਂ ਅੱਗੇ ਪਹੁੰਚ ਹੀ ਨਹੀਂ ਰਿਹਾ। ਗੁਰਮਤਿ ਨੇ ਇਸ ਨੂੰ ਬੜੇ ਸਪਸ਼ਟ ਲਫਜ਼ਾਂ 'ਚ ਕਿਹਾ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਰਦ ਚੜੇ ਡੋਰੂ ਟਮਕਾਵੇ। ਉਸ ਤੱਕ ਹੀ ਪਹੁੰਚ ਸਕੇਗਾ, ਉਸ ਤੋਂ ਅੱਗੇ ਨਹੀਂ ਜਾਏਗਾ। ਮਗਰ ਗੁਰਮਤਿ ਨੇ ਇੱਕ ਗੱਲ ਹੋਰ ਬੜੀ ਸਪਸ਼ਟ ਕੀਤੀ ਕਿ ਨਾਂ ਨਾਲ ਕੋਈ ਤਲਕ ਨਹੀਂ ਹੈ, ਰੱਬ ਦਾ ਕੋਈ ਨਾਂ ਦਿੱਤਾ ਹੀ ਨਹੀਂ ਜਾ ਸਕਦਾ, ਉਸਦਾ ਵਰਣਨ ਨਹੀਂ ਕੀਤਾ ਜਾ ਸਕਦਾ, ਉਸਨੂੰ ਸਮਝਿਆ ਨਹੀਂ ਜਾ ਸਕਦਾ। ਸੋ ਜਿਹੜਾ ਮਰਜ਼ੀ ਤੁਹਾਨੂੰ ਚੰਗਾ ਲੱਗਦਾ ਨਾਂ ਦੇ ਦਿਉ। ਉਹ ਤਾਂ ਕਿਹਾ ਕਹੋ ਨਾਨਕ ਗੁਰ ਖੋਏ ਪਰਮ ਏਕੋ ਅਲੋ ਪਾਰ ਬ੍ਰਹਮ, ਉਸਦਾ ਕੋਈ ਨਾਂ ਹੈ ਨਹੀਂ। ਅਤੇ ਜੇ ਉਸਦਾ ਕੋਈ ਨਾਂ ਨਹੀਂ, ਗੁਰਮਤਿ ਨੂੰ ਕੋਈ ਇਤਰਾਜ਼ ਨਹੀਂ ਜੇ ਰੱਬ ਨੂੰ ਕ੍ਰਿਸ਼ਨ ਵੀ ਕਹਿ ਕੇ ਪੁਕਾਰ ਲਿਆ ਜਾਏ। ਗੁਰੂ ਅਰਜਨ ਦੇਵ ਜੀ ਨੇ ਖੁਦ ਕਿਹਾ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਂ ਰੇ, ਤੁਸੀਂ ਉਸਨੂੰ ਜਿਹੜੀ ਮਰਜ਼ੀ ਨਾਂ ਦੇ ਦਿਉ,
पर एक शर्त नाल रखी, एक चेतावनी दिती कि तुसीं रब नूं कृष्ण कह सकते, कृष्ण नूं रब नहीं कह सकते। ये गल जिहड़ी समझ आ जाए, इस गल नूं भगत नामदेव जी ने कहा, भगत नामदेव जी ने कहा, चूंकि दो फिलासफी सी, एक फिलासफी जिहड़ी सी पैगंबर तक सीमित रह गई, पैगंबर दे राही जांदी सी, दूजी अवतारवाद तक जांदी सी। वह जिहड़े पैगंबरवाद तक सी रब तक देखता रहे सन, पर एक अख नाल देख रहे सन, ते दूजे पासे केवल अवतारवाद तक होकर रुक गए। भगत नामदेव जी ने कहा, हिंदू अन्ना तुरकू काणा, दोहां ते ज्ञानी स्याणा। ये एक फिलासफिकल, बड़ी एक फिलासफिकल एक गल सी जिहड़ी उन्होंने स्पष्ट की, उस फलसफे की गल सी। गुरु नानक साहब ने कहा कि सारी खलकत दे विच, हर किसी दे विच वाहिगुरु का रूप है, वाहिगुरु की शख्सियत है, उसे दी जोत है सारिया विच। मगर दिक्कत यह हुई है लोकां विच, आम इंसान दे विच, धरातल दे विच, कुछ नूं छड के जिहड़े उस तक पहुँच गए, वह ये होया कि वह केवल उस रस्ते ते ही अटक गए। तो जदों ये गल हुई तो उन्होंने कहा, इस गल नूं बहुत स्पष्ट करदिआं उन्होंने इस ना अवतारवाद नूं मन्निआ, ना उन्होंने पैगंबरवाद नूं मन्निआ। ਇਹ ਜਿਹੜੀ ਗੁਰਮਤ ਦੀ ਤੀਜੀ ਜਿਹੜੀ ਸ਼੍ਰੇਣੀ ਜਿਹੜੀ ਉਹਨਾਂ ਨੇ ਦਿੱਤੀ ਕਿ ਸੰਸਾਰ ਦੇ ਕਿਸੇ ਵੀ ਹਿੱਸੇ ਦਾ ਕੋਈ ਵੀ ਵਿਅਕਤੀ ਉਹ ਰੱਬ ਦੀ ਅਗਰ ਉਸਤਤ ਕਰਦਾ ਹੈ, ਇਹ ਫਿਲਾਸਫੀ ਗੁਰਮਤ ਦੀ ਮੁੱਢਲੀ ਫਿਲਾਸਫੀ ਸੀ। ਅਤੇ ਜਿਹੜੇ ਵਿਅਕਤੀ ਕਾਦਰ ਨੂੰ ਛੱਡ ਕੇ ਉਹਦੀ ਕੁਦਰਤ 'ਚ ਉਲਝ ਗਏ, ਜੇ ਅਗਰ ਮੇਰੇ ਦੋਸਤ ਦਾ ਬਣਾਇਆ ਚਿੱਤਰ ਹੈ, ਅਗਰ ਉਸਦੀ ਪੇਂਟਿੰਗ ਹੈ, ਅਗਰ ਉਹ ਦੇਖ ਕੇ ਮੈਨੂੰ ਆਪਣਾ ਮਿੱਤਰ ਯਾਦ ਆ ਜਾਏ, ਅਗਰ ਉਹ ਚਿੱਤਰਕਾਰ ਯਾਦ ਆ ਜਾਏ, ਤਾਂ ਇਹ ਚਿੱਤਰ ਮੁਬਾਰਕ ਹੈ, ਇਹ ਚਿੱਤਰ ਪ੍ਰਸ਼ੰਸਾਯੋਗ ਹੈ, ਇਹ ਮੇਰੇ ਲਈ ਸਹਾਈ ਹੈ। ਪਰ ਜੇ ਮੈਂ ਇੱਥੇ ਹੀ ਉਲਝ ਜਾਵਾਂ, ਜਿਹੜਾ ਚਿੱਤਰ ਮੇਰੇ ਯਾਰ ਨੂੰ ਭੁਲਾ ਦੇਵੇ, ਉਸ ਚਿੱਤਰ ਮੇਰੇ ਲਈ ਕੋਈ ਫਾਇਦਾ ਨਹੀਂ ਰੱਖਦਾ। ਤਾਂ ਹੋਇਆ ਇਹੀ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾ, ਇੱਕ ਰੱਬ ਸੀ, ਇੱਕ ਕਾਦਰ ਸੀ, ਦੂਜੀ ਉਹਦੀ ਕੁਦਰਤ ਸੀ। ਇੱਕ ਕਾਦਰ ਸੀ, ਆਪੀ ਨੇ ਆਪ ਰਚਿਓ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾਓ। ਇੱਕ ਆਪ ਸੀ, ਦੂਜੀ ਕੁਦਰਤ ਸੀ। ਮਗਰ ਗੁਰੂ ਸਾਹਿਬ ਨੇ ਬਹੁਤ ਸਪਸ਼ਟ ਕੀਤਾ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਇਸ ਇੱਕ ਨੂੰ ਛੱਡ ਕੇ ਜਿਹੜਾ ਦੂਜੇ ਦੇ ਮਗਰ ਲੱਗੇਗਾ, ਉਹ ਡੁੱਬੇਗਾ ਹੀ ਡੁੱਬੇਗਾ, ਉਸ ਦਾ ਕੁਛ ਵੀ ਨਹੀਂ ਸਵਰ ਸਕਦਾ। ਸ਼ਰਤ ਬੜੀ ਸਪਸ਼ਟ ਸੀ। ਇਸ ਫਿਲਾਸਫੀ ਨੂੰ ਦੇਣ ਲਈ ਗੁਰੂ ਨਾਨਕ ਸਾਹਿਬ ਮੱਕੇ ਵੀ ਗਏ ਔਰ ਡੇਢ ਸਾਲ ਮੱਕੇ ਵਿੱਚ ਰਹੇ, ਔਰ ਇੱਕੋ ਗੱਲ ਇਹੀ ਗੱਲ ਉਹਨਾਂ ਨੂੰ ਸਮਝਾਈ ਕਿ ਇਹ ਕੇਵਲ ਅਸੀਂ ਅਕਾਲ ਪੁਰਖ ਦੀ ਆਰਾਧਨਾ ਕਰੀਏ, ਅਸੀਂ ਉਸਤਤ ਕਿਸੇ ਦੀ ਵੀ ਕਰੀਏ, ਪਰ ਸਤੁਤੀ ਜਿਹੜੀ ਹੈ ਉਹ ਕੇਵਲ ਇੱਕ ਅਕਾਲ ਪੁਰਖ, ਇੱਕ ਪਰਮਾਤਮਾ ਦੀ ਹੋ ਸਕਦੀ ਹੈ। ਔਰ ਉਹਦੇ ਲਈ ਸ਼ਰਤ ਉਹਨਾਂ ਨੇ ਹੀ ਦਿੱਤੀ, ਪਤ ਵਿਣ ਪੂਜਾ, ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ, ਨਾਵੋ ਧੋਵੋ ਤਿਲਕ ਲਗਾਵੋ, ਸੁੱਚ ਵਿਣ ਸੋਚ ਨਾ ਹੋਈ। ਅਮਲ ਠੀਕ ਹਨ ਤਾਂ ਉਹਨਾਂ ਨੇ ਇਹ ਨਹੀਂ ਕਿਹਾ, ਜਿਹੜੀ ਗੱਲ ਉਹਨਾਂ ਨੇ ਸਮਝਾਈ ਇਹ ਹੀ ਸੀ ਕਿ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜੇ ਅਮਲ ਨਹੀਂ ਹੋਣਗੇ ਤਾਂ ਉਸ ਤੋਂ ਬਾਅਦ ਖਾਲੀ ਭੇਖ ਨਾਲ, ਖਾਲੀ ਮੋਹਰ ਨਾਲ ਕੁਛ ਨਹੀਂ ਹੋ ਸਕੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਇਹੀ ਗੱਲ ਸਮਝਾਈ, ਜੇ ਕਿਸੇ ਨੇ ਖਾਲੀ ਕੇਸ ਰੱਖ ਲਏ ਹਨ, ਜੇ ਕਿਸੇ ਨੇ ਖਾਲੀ ਰੂਪ ਬਣਾ ਲਿਆ ਹੈ, ਤਾਂ ਉਸ ਰੂਪ ਦੇ ਨਾਲ ਇਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਹੁਕਮ ਹੈ ਕਿ ਜਿਸ ਤਰ੍ਹਾਂ ਕੋਈ ਗਧਾ ਲੈ ਲਓ, ਖੋਤੇ ਨੂੰ ਲੈ ਕੇ ਉਸਨੂੰ ਨਵਾਓ ਧਵਾਓ, ਉਸਦੇ ਸਿਰ ਦੇ ਉੱਤੇ ਫੁੱਲਾਂ ਦੀ ਮਾਲਾ ਰੱਖ ਦਿਉ, ਤਾਂ ਜਿਉਂ ਕਾਹੂਲੇ ਗਧਾ ਨਵਾਇਓ, ਫੂਲ ਮਾਲ 'ਤੇ ਮੂੰਡ ਧਰਾਇਓ, ਅਤੇ ਕਰਤਾ ਕੀ ਸੋਭਾ ਨਾਹੀਂ ਹਾਸੀ ਹੋਤ ਸਬਸ ਜਗਮਾਏ। ਉਹ ਇੱਕ ਹਾਸੇ ਦਾ ਕਾਰਨ ਬਣੇਗਾ, ਉਸ ਦੇ ਨਾਲ ਕੁਛ ਹਾਸਲ ਨਹੀਂ ਹੋਏਗਾ। ਤਾਂ ਕਿਹਾ ਗਿਆ, ਤਿਮ ਕੁਰਹਿਤੀਏ ਕੇਸ ਰਖਾਏ, ਕਹੋ ਸੋ ਕੈਸੇ ਸ਼ੋਭਾ ਪਾਏ। ਬੇਗ ਬਿਨਾਂ ਜਿਮ ਬਾਜ਼ੀ ਹੀਨ, ਰਹਿਤ ਬਿਨਾਂ ਇਹ ਕੇਸ ਮਲੀਨ, ਰਹਿਤ ਸੋ ਕੇਸਨ ਕੋ ਅਤ ਭੁੱਖਨ, ਰਹਿਤ ਬਿਨਾਂ ਸਿਰ ਕੇਸ ਵੀ ਦੁੱਖਨ। ਜੇ ਅਮਲ ਹਨ ਤਾਂ ਉਹ ਅਮਲਾਂ ਦੇ ਨਾਲ ਹੀ ਉਸਦਾ ਨਿਬੇੜਾ ਹੋਏਗਾ, ਨਹੀਂ ਤਾਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਇਹ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਰਹਿਤ ਬਿਨਾਂ ਨਹੀਂ ਸਿੱਖ ਕਹਾਵੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫਿਲਾਸਫੀ ਸੀ। ਅਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲਾਸਫੀ ਸੀ, ਉਸ ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਇੱਕ ਅਕਾਲ ਪੁਰਖ ਦੀ ਆਰਾਧਨਾ, ਇੱਕ ਅਕਾਲ ਪੁਰਖ ਨਾਲ ਜੋੜਨ ਲਈ ਆਇਆ ਸੀ, ਕਿਉਂਕਿ ਉਸ ਵੇਲੇ ਦੇ ਸਮਾਜ ਵੰਡੀਆਂ ਵਿੱਚ ਪਿਆ ਸੀ, ਜਦੋਂ ਕਿਸੇ ਨੂੰ ਉੱਚੀ ਜਾਤ ਵਾਲੇ ਦੇ ਨਾਲ ਬਹਿਣ ਦਾ ਆਦੇਸ਼ ਨਹੀਂ ਸੀ। ਸਮ੍ਰਿਤੀਆਂ 'ਚ ਇੱਥੇ ਤੱਕ ਲਿਖਿਆ ਸੀ, ਜੇ ਕੋਈ ਨੀਵੀਂ ਜ਼ਾਤ ਦਾ ਬੰਦਾ ਉੱਚੀ ਜ਼ਾਤ ਵਾਲੇ ਦੇ ਨਾਲ ਇੱਕ ਆਸਣ 'ਤੇ ਬਹਿਣਾ ਚਾਹੇ, ਰਾਜੇ ਨੂੰ ਚਾਹੀਦਾ ਉਹਦੇ ਥਲਵੇਂ ਹਿੱਸੇ ਦਾ ਮਾਸ ਕਤਰਵਾ ਦੇਵੇ, ਜਾਂ ਉਹਦੇ ਕੰਨਾਂ 'ਚ ਸੀਸਾ ਪਾ ਦੇਵੇ, ਜਾਂ ਉਸਦੀ ਜੀਭ ਕਤਰਵਾ ਦੇਵੇ। ਤਾਂ ਹੈਰਾਨੀ ਦੀ ਗੱਲ ਹੈ, ਉਸ ਸਮੇਂ ਦੇ ਵਿੱਚ ਗੁਰੂ ਸਾਹਿਬ ਨੇ ਉਹਨਾਂ ਅਖੌਤੀ ਨੀਵੀਂ ਜਾਤ ਵਾਲਿਆਂ ਨੂੰ ਆਪਣੇ ਨਾਲ ਹੀ ਜਗ੍ਹਾ ਨਹੀਂ ਦਿੱਤੀ,
ਉਸਨੂੰ ਗੁਰਬਾਣੀ ਦਾ ਦਰਜਾ ਦੇ ਕੇ ਉਸਨੂੰ ਨਮਸਕਾਰ ਕਰਵਾਈ ਔਰ ਆਪ ਵੀ ਉਸਨੂੰ ਨਮਸਕਾਰ ਕੀਤੀ। ਇਹ ਇੱਕ ਮਹਾਨ ਦਿਨ ਹੈ ਜਿਹੜੀ ਕਿ ਸਾਰੀ ਮਾਨਵਤਾ ਦਾ ਦਿਨ ਹੈ, ਜਿਹੜੀ ਸਾਰੀ ਇਨਸਾਨੀਅਤ ਦਾ ਦਿਨ ਹੈ, ਪਰ ਅਸੀਂ ਆਪ ਇਸ ਤੋਂ ਕਿੰਨਾ ਕੁ ਲਾਭ ਲੈ ਸਕਾਂਗੇ? ਖਲਕਤ ਲੈ ਲੇਗੀ, ਦੁਨੀਆ ਲੈ ਲੇਗੀ, ਪਰ ਅਸੀਂ ਇਸ ਤੋਂ ਲੈ ਸਕੀਏ ਨਹੀਂ ਤਾਂ ਫਿਰ ਸਾਡੇ ਮੰਦੇ ਪਾਕ ਹੀ ਕਹਿ ਸਕਾਂਗੇ, ਹੋਰ ਇਸ ਤੋਂ ਵੱਧ ਕੀ ਕਹਿ ਸਕਦੇ। This is the ICS Network and you're watching Indian Culture Show Sur Sangeet. Alama sahab, bahut hi acha aur saryan nu ide bare pata lag gaya hai. Is vele jo tusi dekho aam aksar news de vich tuhanu pata lagda hi hovega ki ਇੱਥੇ ਕਾਫੀ ਹਾਸੇ ਇਹੋ ਜਿਹੇ ਵਾਪਰੇ ਨੇ ਜਦੋਂ 11 ਤੋਂ ਬਾਅਦ ਹੋਇਆ ਸੀਗਾ ਕਿ ਸਿੱਖਾਂ ਨੂੰ ਆਪਣੀ ਪਹਿਚਾਣ ਦੇ ਲਈ ਉਸ ਸਥਿਤੀ ਦਾ ਬਹੁਤ ਹੀ ਗੰਭੀਰਤਾ ਦੇ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ। ਕੁਛ ਇੱਕ ਥੋੜਾ ਜਿਹਾ ਸਹੀ ਹੁੰਦਾ ਹੈ, ਉਸ ਤੋਂ ਬਾਅਦ ਹੁਣ 2-3 ਹਫ਼ਤੇ ਪਹਿਲਾਂ ਇੱਕ ਹਾਸਾ ਫਿਰ ਵਾਪਰਿਆ ਇੱਥੇ ਕਿ ਇੱਕ ਸਿੱਖ ਸੱਜਣ ਨੂੰ ਇੱਥੇ ਸੁੱਟਿਆ ਰਸੋਈ ਕੈਬਨਿਟ ਹਿੱਲ ਦੇ ਵਿੱਚ। ਤੁਹਾਡੀ ਉਸ ਪੱਤਰਕਾਰੀ ਦੀ ਨਜ਼ਰ ਦੇ ਮੁਤਾਬਕ ਕਮੀ ਕਿੱਥੇ ਹੈ? ਅਸੀਂ ਟਰਾਈ ਕਰਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ, ਕੀ ਸਾਡੀਆਂ ਕੋਸ਼ਿਸ਼ਾਂ ਗੁਰੂ ਘਰ ਦੀਆਂ ਚਾਰ ਦੀਵਾਰੀ ਦੇ ਅੰਦਰ ਤੱਕ ਹੀ ਸੀਮਤ ਨਹੀਂ ਰਹਿ ਗਈਆਂ, ਜਾਂ ਇਹਦੇ ਲਈ ਸਾਨੂੰ ਕੀ ਉਪਰਾਲੇ ਕਰਨੇ ਚਾਹੀਦੇ ਨੇ? ਕਿਉਂਕਿ ਤੁਸੀਂ ਦੇਖੋ ਉੱਥੇ ਪੰਜਾਬ 'ਚ ਉੱਥੇ ਤਾਂ ਕੁਛ ਇੱਕ ਹੋਰ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਮਗਰ ਇੱਥੇ ਅਮੈਰੀਕਾ ਦੇ ਵਿੱਚ ਵਰਲਡ ਦਾ ਹਰ ਬੰਦਾ ਹੈ, ਉਸ ਦੇ ਵਿੱਚ ਆਪਣੇ ਆਪ ਰਿਕੋਗਨਾਈਜ਼ ਕਰਨਾ ਬੜਾ ਹੀ ਔਖਾ ਹੈ। ਤੁਹਾਡੀ ਨਜ਼ਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਸਾਨੂੰ ਚੱਲਣਾ ਚਾਹੀਦਾ ਹੈ, ਜਾਂ ਇਹ ਕਿਉਂ ਹੋ ਰਹੀਆਂ? ਇਹ ਵੀ ਬਹੁਤ ਅਹਿਮ ਔਰ ਗੰਭੀਰ ਮਸਲਾ ਹੈ, ਜਿਹੜੀ ਹਰ ਕਿਸੇ ਦਾ ਆਪਣਾ ਸੋਚਣ ਦਾ ਨਜ਼ਰੀਆ ਇਸ 'ਤੇ ਹੈ। ਸਿੱਖ ਦੀ ਪਛਾਣ, ਸਿੱਖ ਦੀ ਐਂਟੀਟੀ ਉਸਦੀ ਆਈਡੈਂਟੀ 'ਤੇ ਟਿਕੀ ਹੋਈ ਹੈ। ਜੇ ਉਸਦੀ ਆਈਡੈਂਟੀ ਨਹੀਂ ਰਹੇਗੀ ਤਾਂ ਉਸਦੀ ਐਂਟੀਟੀ ਕਾਇਮ ਨਹੀਂ ਰਹਿ ਸਕਦੀ। ਇਹ ਇਤਿਹਾਸਿਕ ਤੱਥ ਹੈ। ਜੇਕਰ ਖਾਲੀ ਇਹ ਕਹਿ ਲਿਆ ਜਾਏ ਕਿ ਉਹ ਖਾਲੀ ਉਸਦੇ ਸਰੂਪ ਕਰਕੇ ਉਸਦੇ 'ਤੇ ਅਟੈਕ ਹੁੰਦੇ ਹਨ, ਤਾਂ ਫਿਰ ਹਿੰਦੁਸਤਾਨ ਵਿੱਚ ਵੀ ਸਾਰੇ ਆਪਸ ਦੇ ਵਿੱਚ ਹੀ, ਵੱਖ ਵੱਖ ਧਰਮਾਂ ਦੇ ਵਿੱਚ ਵੀ, ਦੂਜੇ ਮੁਲਕਾਂ ਦੇ ਵਿੱਚ ਵੀ, ਜਿਨ੍ਹਾਂ ਦਾ ਬਾਹਰੀ ਸਰੂਪ ਇੱਕ ਹੈ, ਫਿਰ ਉਹਨਾਂ ਦੇ ਆਪਸ ਦੇ ਵਿੱਚ ਕਦੀ ਝਗੜੇ ਨਾ ਹੋਣ, ਉਹਨਾਂ ਦੇ ਫਸਾਦ ਨਾ ਹੋਣ, ਸਾਰੇ ਦੇਖਣ ਨੂੰ ਇੱਕੋ ਜਿਹੇ ਲੱਗਦੇ ਹਨ। ਇਸ ਆਈਡੈਂਟੀ ਔਰ ਐਂਟੀਟੀ ਦੇ ਮਸਲੇ ਨੂੰ ਮੈਂ ਥੋੜ੍ਹਾ ਜਿਹਾ ਹੋਰ ਗੰਭੀਰਤਾ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਕਿ ਮਿੱਟੀ ਹੈ, ਕਲੇ ਹੈ, ਮਿੱਟੀ ਦੇ ਵਿੱਚੋਂ ਭਾਂਡੇ ਤਿਆਰ ਹੁੰਦੇ ਹਨ, ਮਿੱਟੀ ਦੇ ਵਿੱਚੋਂ ਆਰਟ ਪੀਸਿਸ ਤਿਆਰ ਹੁੰਦੇ ਹਨ। ਜਿਹੜੀਆਂ ਵੀ ਮਿਨੋਰਿਟੀਜ਼ ਹਨ, ਅਸੀਂ ਇੱਕ ਮਿਨੋਰਿਟੀ ਹਾਂ, ਔਰ ਇਹ ਜਿਹੜੀ ਮਿਨੋਰਿਟੀ ਹੈ, ਹਰ ਮਿਨੋਰਿਟੀ ਰਿਵੀਲਡ ਰਿਲੀਜਨ ਜਿਹੜਾ ਹੈ, ਜਿਸ ਨੂੰ ਅਲਹਾਮੀ ਰਿਲੀਜਨ ਕਹਿੰਦੇ ਹਨ, ਹਰ ਰਿਵੀਲਡ ਰਿਲੀਜਨ ਹਮੇਸ਼ਾ ਹੀ ਮਿਨੋਰਿਟੀ ਵਿੱਚ ਹੋਏਗਾ, ਕਦੀ ਮੈਜੋਰਿਟੀ ਵਿੱਚ ਨਹੀਂ ਹੋ ਸਕਦਾ, ਹਮੇਸ਼ਾ ਹੀ ਮਿਨੋਰਿਟੀ 'ਚ ਹੋਏਗਾ। ਮਿੱਟੀ ਦੇ ਵਿੱਚੋਂ ਆਰਟ ਪੀਸਿਸ ਤਿਆਰ ਹੁੰਦੇ ਹਨ, ਦੋਨਾਂ ਦੀ ਗਿਣਤੀ ਕਦੀ ਬਰਾਬਰ ਨਹੀਂ ਹੋ ਸਕੇਗੀ, ਮਗਰ ਉਹ ਆਰਟ ਪੀਸ ਦਾ ਸੋਰਸ ਵੀ ਉਹ ਮਿੱਟੀ ਹੀ ਹੈ, ਉਹ ਕਲੇ ਹੈ, ਉਸਦਾ ਸੋਮਾ ਵੀ ਉਹੀ ਹੈ, ਉਸ ਤੋਂ ਵੱਖ ਵੀ ਨਹੀਂ ਹੈ, ਪਰ ਦੋਨੋਂ ਇੱਕ ਵੀ ਨਹੀਂ ਹਨ। ਜਦੋਂ ਉਹ ਨਿਖਰ ਜਾਂਦਾ ਹੈ, ਜਦੋਂ ਉਸ 'ਤੇ ਕਾਰੀਗਰ ਦਾ ਕਮਾਲ ਹੋ ਜਾਂਦਾ ਹੈ, ਉਹ ਇੱਕ ਆਰਟ ਪੀਸ ਬਣ ਜਾਂਦਾ ਹੈ। ਸਿੱਖ ਵੀ ਉਸ ਮਿੱਟੀ ਦੇ ਵਿੱਚੋਂ ਘੜਿਆ ਹੋਇਆ ਇੱਕ ਹੀਰਾ ਹੈ, ਇੱਕ ਆਰਟ ਪੀਸ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਘੜ ਕੇ, ਜਿਸ ਨੂੰ 10 ਗੁਰੂ ਸਾਹਿਬਾਨ ਨੇ 10 ਜਾਮਿਆਂ ਦੇ ਵਿੱਚ ਆ ਕੇ ਇਸ ਨੂੰ ਘੜਿਆ ਹੈ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ, ਉਹਨਾਂ ਨੇ ਆਪਣਾ ਸਾਰਾ ਕੁਝ ਇਸ ਵਿੱਚ ਸਮਰਪਿਤ ਕਰ ਦਿੱਤਾ ਹੈ। ਉਸ ਚੀਜ਼ ਦੇ ਨਾਲ ਇਹ ਜਿਹੜੀ ਚੀਜ਼ ਤਿਆਰ ਕੀਤੀ ਗਈ ਹੈ। ਕਿਸੇ ਵੀ ਮਿਨੋਰਿਟੀ ਲਈ ਸਭ ਤੋਂ ਖਤਰਨਾਕ ਚੀਜ਼ ਉਸ ਦੇ 'ਚ ਇਹ ਕੰਪਲੈਕਸ ਆ ਜਾਣਾ ਕਿ ਅਸੀਂ ਮਿਨੋਰਿਟੀ ਵਿੱਚ ਹਾਂ, ਇਹ ਕੰਪਲੈਕਸ ਬਹੁਤ ਖਤਰਨਾਕ ਹੁੰਦਾ ਹੈ। ਗੁਰੂ ਨਾਨਕ ਸਾਹਿਬ ਚੜ੍ਹਿਆ ਸੋਧਣ ਧਰਤ ਲੁਕਾਈ ਦਾ ਮਿਸ਼ਨ ਲੈ ਕੇ ਇਹ ਜਦੋਂ ਤੁਰੇ ਸਨ, ਤਾਂ ਉਹਨਾਂ ਦੇ ਨਾਲ ਕੋਈ ਫੌਜ ਨਹੀਂ ਸੀ, ਕੋਈ ਆਰਮੀ ਨਹੀਂ ਸੀ, ਕੋਈ ਭੀੜ ਨਹੀਂ ਸੀ, ਉਹ ਕੌਣ ਸਨ? ਕੇਵਲ ਗੁਰੂ ਨਾਨਕ ਸਾਹਿਬ ਸਨ, ਨਾਲ ਉਹਨਾਂ ਦੇ ਇੱਕ ਸਾਥੀ ਸੀ, ਅਤੇ ਹਥਿਆਰ ਕਿਹੜਾ ਸੀ? ਇੱਕ ਰਬਾਬ ਸੀ। ਤੇਜਾ ਸਿੰਘ ਸਾਹਿਬ ਨੇ ਬਹੁਤ ਸੋਹਣਾ ਲਿਖਿਆ ਸੀ, ਸੁੱਕੀ ਜਿਹੀ ਲੱਕੜੀ ਨੂੰ ਇੱਕ ਦੋ ਨੇ ਤਾਰਾਂ, ਜਦੋਂ ਨਾ ਲਗਾਵੇ ਨਸ਼ਾ ਹੁੰਦਾ ਜਾਂਦਾ, ਬੜੇ ਮਿੱਠੇ ਮਿੱਠੇ ਬੜੇ ਸੋਹਣੇ ਸੋਹਣੇ ਉਹ ਨਗਮੇ ਸੁਣਾਉਂਦਾ, ਕਰਤਾਰ ਕਰਤਾਰ ਕਰੋ ਰਾਗੀ ਵੀ ਡਿੱਟਾ, ਕਿਉਂ ਜੀ ਕਿਤੇ ਨੇ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਰਾਂਦਾ ਰਬਾਬੀ ਵੀ ਡਿੱਟਾ। ਜਦੋਂ ਦਾ ਸਿੱਖ ਕਾਇਮ ਹੋਇਆ, ਜਦੋਂ ਦਾ ਇਹ ਸਿੱਖ
ਸਜਿਆ ਜਦੋਂ ਦਾ ਸਿੱਖ ਬਣਾਇਆ ਗਿਆ ਇਸ ਨੂੰ ਆਈਡੈਂਟੀ ਕ੍ਰਾਈਸਿਸ ਰਹੇਗਾ ਹੀ ਰਹੇਗਾ। ਇਸ ਦੀ ਐਂਟੀਟੀ ਨੂੰ ਖਤਮ ਕਰਨ ਲਈ, ਇਸ ਦੀ ਐਂਟੀਟੀ ਨੂੰ ਜਦੋਂ ਖਤਮ ਕਰਨਾ ਚਾਹੁੰਦੀ ਹੈ ਕੋਈ ਵੀ ਸਮੇਂ ਦੀ ਸਰਕਾਰ ਜਾਂ ਕੋਈ ਵੀ ਵਕਤੀ ਹਾਲਾਤ, ਤਾਂ ਉਹ ਇਸ ਦੀ ਫਿਲਾਸਫੀ 'ਤੇ ਅਟੈਕ ਨਹੀਂ ਕਰ ਸਕਦੇ, ਉਹ ਇਸ ਦੀ ਆਈਡੈਂਟੀ 'ਤੇ ਅਟੈਕ ਕਰਨਗੇ। ਜੇ ਅੱਜ ਕਿਸੇ ਨੇ ਅਮਰੀਕਾ ਦੀ ਨਿਰਾਦਰੀ ਕਰਨੀ ਹੈ, ਜੇ ਕਿਸੇ ਨੇ ਹਿੰਦੁਸਤਾਨ ਦੀ ਨਿਰਾਦਰੀ ਕਰਨੀ ਹੈ, ਤਾਂ ਉਸਦੇ ਲਈ ਇੱਕੋ ਤਰੀਕਾ ਹੈ, ਹਿੰਦੁਸਤਾਨ ਦੇ ਚਿੰਨ੍ਹਾਂ ਦੇ ਉੱਤੇ ਅਟੈਕ ਕਰੇਗਾ, ਉਹਦੇ ਸਿੰਬਲਸ ਦੇ ਉੱਤੇ ਅਟੈਕ ਕਰੇਗਾ। ਜੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ 'ਤੇ ਅਟੈਕ ਕਰਨਾ, ਉਸ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪਹਿਲਾਂ ਉਹਨਾਂ ਦੇ ਸਰੀਰ 'ਤੇ ਅਟੈਕ ਹੁੰਦਾ ਸੀ, ਗੁਰੂ ਅਰਜਨ ਦੇਵ ਜੀ ਦੇ ਸਰੀਰ 'ਤੇ ਅਟੈਕ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ 'ਤੇ ਅਟੈਕ ਹੋਇਆ। ਪਰ ਜੇ ਉਹਨਾਂ ਤੋਂ ਬਾਅਦ ਕਿਸੇ ਨੇ ਉਹਨਾਂ ਦੀ ਫਿਲਾਸਫੀ 'ਤੇ ਅਟੈਕ ਕਰਨਾ ਹੈ, ਤਾਂ ਇਸ ਫਿਲਾਸਫੀ ਦੇ ਚਿੰਨ੍ਹਾਂ ਦੇ ਉੱਤੇ ਅਟੈਕ ਕਰੇਗਾ। ਕੇਸ ਸਿੱਖੀ ਨਹੀਂ ਹੈ, ਸਿੱਖੀ ਦੇ ਚਿੰਨ੍ਹ ਹਨ, ਸੋ ਇਹਨਾਂ ਚਿੰਨ੍ਹਾਂ ਦੇ ਉੱਤੇ ਪਹਿਲਾ ਅਟੈਕ ਹੋਏਗਾ। ਜੇ ਜਿਸ ਨੂੰ ਜਿਤਨੀ ਜ਼ਿਆਦਾ ਪਕੜ ਇਹਨਾਂ ਚਿੰਨ੍ਹਾਂ ਦੇ ਨਾਲ ਹੋਏਗੀ, ਉਹ ਦਰਸਾਏਗੀ ਦੇ ਅੰਦਰ ਸਿੱਖੀ ਕਿੰਨੀ ਕਹੇਗੀ। ਮੈਨੂੰ ਯਾਦ ਆਉਂਦਾ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ, ਗਿਆਨੀ ਜੀ ਮੈਂ ਤਾਂ ਬਸ ਮਰਦਾ ਮਰਦਾ ਬਚਿਆ। ਉਹ ਕਹਿਣ ਲੱਗੇ, ਫਿਰ ਦੇਖੀ ਬਚਦਾ ਬਚਦਾ ਨਾ ਮਾਰਿਆ ਜਾਏ। ਭਾਈ ਤਾਰੂ ਸਿੰਘ ਨੂੰ ਵੀ ਇਹੀ ਕਿਹਾ ਸੀ ਕਿ ਤੇਰਾ ਅਗਰ ਜੇ ਤੂੰ ਕੇਸ ਨਹੀਂ ਕਟਾਏਗਾ ਤੈਨੂੰ ਮਾਰ ਦਿਆਂਗੇ। ਤਾਂ ਜਿਹੜਾ ਪੰਥ ਪ੍ਰਕਾਸ਼ 'ਚ ਲਿਖਿਆ ਹੈ, ਭਾਈ ਤਾਰੂ ਸਿੰਘ ਕਹਿਣ ਲੱਗੇ ਕਿ ਮੌਲਵੀ ਸਾਹਿਬ ਜੇ ਮੈਂ ਕੇਸ ਨਹੀਂ ਕਟਾਵਾਂਗਾ ਤਾਂ ਕੀ ਕਰੋਗੇ? ਕਹਿੰਦੇ ਤੈਨੂੰ ਮਾਰ ਦਾਂਗੇ। ਕਹਿਣ ਲੱਗੇ, ਜੇ ਮੈਂ ਕੇਸ ਕਟਾ ਲਵਾਂਗਾ ਫਿਰ ਮੈਨੂੰ ਮੌਤ ਤੋਂ ਬਚਾ ਦੋਗੇ? ਗੁਰੂ ਨਾਨਕ ਸਾਹਿਬ ਨੇ ਤਾਂ ਇਹ ਸਪਸ਼ਟ ਕਿਹਾ ਹੈ ਕਿ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨਸੋਰ, ਜ਼ੋਰ ਨਾ ਸੁਰਤੀ। ਇਹ ਜਿਹੜਾ ਹੈ, ਇਹਨਾਂ ਸਾਰੀਆਂ ਚੀਜ਼ਾਂ 'ਤੇ ਜ਼ੋਰ ਨਹੀਂ ਹੈ। ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਸੰਬਤ ਸਾਹਾ ਲਿਖਿਆ। ਜਦੋਂ ਇਹ ਸਾਰੀ ਚੀਜ਼ ਮੁਕਰਰ ਹੈ ਤਾਂ ਫਿਰ ਇਹ ਕੇਵਲ ਬਹਾਨਾ ਹੈ, ਇੱਕ ਬੇਈਮਾਨੀ ਹੈ, ਇੱਕ ਅੰਦਰੋਂ ਜਿਹੜੀ ਹੈ ਬੰਦੇ ਦੀ ਕਮਜ਼ੋਰੀ ਹੈ ਜਿਹੜੀ ਕਿ ਉਹ ਇਹ ਗੱਲ ਕਰਦਾ ਹੈ। ਉਸਨੂੰ ਸਿੱਖੀ ਨਾਲ ਕੋਈ ਲਗਾਵ ਨਹੀਂ ਹੈ। ਜੇ ਅਗਰ ਉਸਦੇ ਅੰਦਰ ਸਿੱਖੀ ਹੋਏਗੀ, ਜਿਨ੍ਹਾਂ ਨੇ ਇਹਦੀ ਖਾਤਰ ਕੁਰਬਾਨੀਆਂ ਕੀਤੀਆਂ, ਉਹਦਾ ਨਾਮ ਅਰਦਾਸ ਵਿੱਚ ਅਸੀਂ ਰੋਜ਼ ਲੈਂਦੇ ਹਾਂ। ਇਤਿਹਾਸ ਦੀ ਸਿਰਜਣਾ ਉਸੇ ਨਾਲ ਬਣਦੀ ਹੈ, ਇਤਿਹਾਸ ਦੀ ਉਸੇ ਨਾਲ ਹੀ ਸਾਰੀ ਸਿਰਜਣਾ ਹੁੰਦੀ ਹੈ। ਸੋ ਜਿਸ ਦਿਨ ਅਗਰ ਇਹਨਾਂ ਨੇ ਅਗਰ ਇਹਨਾਂ ਚਿੰਨ੍ਹਾਂ ਨੂੰ ਵੀ ਨਹੀਂ ਰੱਖ ਸਕੇ, ਤਾਂ ਅੰਦਰਲੀ ਸਿੱਖੀ ਉਹ ਕਿਹੜੀ ਰਹਿ ਜਾਏਗੀ? ਇਸ ਕਰਕੇ ਜੇ ਅੱਜ ਉਹ ਲੋਕ ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾ ਰਹੇ ਹਨ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਿਲਾਸਫੀ, ਉਹਨਾਂ ਦਾ ਹੁਕਮ ਸਪਸ਼ਟ ਹੈ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੱਕ ਬੇਨਤੀ ਕੀਤੀ, ਆਵੋ ਭੈਣੇ ਗੱਲ ਮਿਲੋ ਅੰਕ ਸਹੇਲੜੀਆਂ, ਮਿਲ ਕੇ ਕਰੋ ਕਹਾਣੀਆਂ ਸਮਰੱਥ ਕੰਤ ਕੀਆਂ। ਮਗਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੇਨਤੀ ਨਹੀਂ, ਉਹਨਾਂ ਨੇ ਹੁਕਮ ਕੀਤੇ। ਉਹਨਾਂ ਦੇ ਹੁਕਮ ਹੈ, ਇਹ ਹੈ ਮੋਰ ਆਗਿਆ ਸੁਣੋ ਤੁਮ ਪਿਆਰੇ, ਬਿਨਾਂ ਸ਼ਸਤਰ ਕੇ ਸਿੰਘ ਨਾ ਦੇਵੋ ਦਿਦਾਰੇ। ਇਹ ਹੁਕਮ ਹੈ। ਹੁਣ ਸਿੱਖ ਦਾ ਅਰਥ ਹੈ ਫੋਲੋਅਰ, ਅਤੇ ਜੇ ਫੋਲੋਅਰ ਦਾ ਮਤਲਬ ਹੈ ਜਿਹੜਾ ਫੋਲੋ ਕਰੇ, ਜਿਹੜਾ ਹੁਣ ਫੋਲੋ ਨਹੀਂ ਕਰਨਾ ਚਾਹੁੰਦਾ ਔਰ ਉਹ ਚਾਹੁੰਦਾ ਹੈ ਕਿ ਉਸਨੂੰ ਫੋਲੋਅਰ ਵੀ ਆਖਿਆ ਜਾਏ, ਤਾਂ ਉਹਦੇ ਲਈ ਤਾਂ ਇੱਕੋ ਇੱਕ ਤਰੀਕਾ ਰਹਿ ਗਿਆ। ਇਹ ਸਾਰੇ ਬੰਦੇ ਕੋਸ਼ਿਸ਼ ਕਰੋ, ਆਕਸਫੋਰਡ ਹੈ ਜਾਂ ਹੋਰ ਜਿੰਨੀਆਂ ਡਿਕਸ਼ਨਰੀਜ਼ ਹੈ, ਇਹਨਾਂ ਨੂੰ ਅਪਰੋਚ ਕਰੋ ਕਿ ਡਿਕਸ਼ਨਰੀ 'ਚ ਲਿਖਦੇ ਹੋ ਜਿਹੜਾ ਫੋਲੋ ਨਹੀਂ ਕਰਦਾ ਉਹਨੂੰ ਵੀ ਫੋਲੋਅਰ ਕਿਹਾ ਜਾਏਗਾ, ਤਾਂ ਉਹ ਫੋਲੋਅਰ ਹੋ ਸਕਦਾ। ਨਹੀਂ ਤਾਂ ਅਦਰਵਾਈਜ਼ 'ਤੇ ਜਿਹੜਾ ਫੋਲੋ ਨਹੀਂ ਕਰੇ ਉਹ ਫੋਲੋਅਰ ਨਹੀਂ ਅਖਵਾ ਸਕਦਾ। ਸੋ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੀ ਨਹੀਂ, ਗੁਰੂ ਨੇ ਤਾਂ ਹੁਕਮ ਕਰ ਦਿੱਤਾ, ਇਹ ਹੈ ਮੋਰ ਆਗਿਆ ਸੁਣੋ ਤੁਮ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਨਾ ਦੇਵੋ ਦਿਦਾਰੇ, ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ। ਸ਼ਸਤਰਾਂ ਔਰ ਕੇਸਾਂ ਦੇ ਬਿਨਾਂ ਬੰਦਾ ਇੱਦਾਂ ਹੀ ਹੈ ਜਿੱਦਾਂ ਮੁੰਨੀ ਹੋਈ ਭੇਡ ਹੈ, ਅਤੇ ਜਦੋਂ ਭੇਡ ਮੁੰਨ ਦਿੱਤੀ ਜਾਏ ਫਿਰ ਉਹਦੇ ਕੰਨ ਪਕੜ ਕੇ ਉਹਨੂੰ ਬੁੱਚੜਖਾਨੇ ਲਿਜਾਇਆ ਜਾਂਦਾ, ਕਸਾਈ ਉਹਨੂੰ ਲੈ ਜਾਂਦਾ। ਸੋ ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਹੇ ਕੰਨ ਤਾਕੋ ਕਿਤੇ ਲੈ ਸਿਧਾਨੋ। ਤਾਂ ਇਹ ਤਾਂ ਜਦੋਂ ਹੁਕਮ ਉਸਦਾ ਸਪਸ਼ਟ ਹੋ ਗਿਆ, ਜੇ ਉਸ ਹੁਕਮ ਨੂੰ ਮੰਨਣਾ ਨਹੀਂ ਤਾਂ ਉਹ ਸਿੱਖ ਕਿੱਥੋਂ ਤੱਕ ਅਖਵਾ ਸਕਦਾ? ਕਿਸ ਦੀ ਪਛਾਣ ਨੂੰ ਖਤਰਾ ਹੈ? ਸਿੱਖ ਦੀ ਪਛਾਣ ਨੂੰ ਕਿ ਜਿਹੜਾ ਫੋਲੋ ਨਹੀਂ ਕਰ ਰਿਹਾ ਉਹਦੀ ਪਛਾਣ ਨੂੰ ਖਤਰਾ? ਪਹਿਲਾ ਸਵਾਲ ਤਾਂ ਇਹ ਹੋਏਗਾ, ਜਿਹੜਾ ਆਪਣੇ ਆਪ ਨੂੰ ਸਿੱਖੀ ਤੋਂ ਤਿਲਾਂਜਲੀ ਦੇ ਬੈਠਾ, ਜਿਹੜਾ ਸਿੱਖ ਰਹਿਣਾ ਹੀ ਨਹੀਂ ਚਾਹੁੰਦਾ, ਉਹਦੇ ਖਤਰੇ ਦੀ ਗੱਲ ਹੈ ਕਿ ਜਿਹੜਾ ਸਿੱਖ ਹੈ ਉਸਦੀ ਹੋਂਦ ਨੂੰ ਖਤਰਾ ਹੈ? ਅਤੇ ਇਹ ਜਿਹੜੀ ਸਾਰਾ ਮਸਲਾ ਹੈ, ਸਭ ਤੋਂ ਪਹਿਲੀ ਲੋੜ ਤਾਂ ਹੈ ਕਿ ਉਹਨੂੰ ਆਪਣੇ ਆਪ ਵਿੱਚ ਪ੍ਰਾਈਡ ਹੋਣੀ ਚਾਹੀਦੀ ਹੈ, ਉਹਨੂੰ ਕਦੀ ਅਹਿਸਾਸੇ ਕਮਤਰੀ ਨਹੀਂ ਹੋਣੀ ਚਾਹੀਦੀ, ਉਹਨੂੰ ਇਨਫੀਰੀਅਰਿਟੀ ਕੰਪਲੈਕਸ ਨਹੀਂ ਹੋਣਾ ਚਾਹੀਦਾ। ਇਹ ਕੋ ਖਾਲੀ
मिनोरिटी विच नहीं है, वो एक आर्ट पीस है जिहड़ा गुरु गोबिंद सिंह साहब का तैयार किया है। इस विच उन्हां दी बख्शिश है, इस विच उन्हां दी जोत है, इस विच उन्हां दी सारियां रहमतां संजोईयां होईयां हन। जदों वो इस चीज़ वल हो जाएगा, जदों अपना आप गुरु दे समर्पित करता है, फिर उसकी राखी भी गुरु दे जिम्मे हो जाती है। अगर जे वो गिणती जिहड़ी अज सिखी सरूप नूं तिलांजली दे बैठी है, जे किधरे वो इतनी गिणती विच होंदे कि फिर आपे ही जवाब मिल जाए कि वाकई खतरा सी। खतरा उदों ही होएगा जदों अपना रूप बदलना चाहता है, जदों छुपना चाहता है, जदों ओले होना चाहता है, मगर वो इस दे विच हो नहीं सकेगा। दिस इज द ICS नेटवर्क एंड यू वॉचिंग इंडियन कल्चर शो सुर संगी। सो जिहड़ा सही सिख है, सिख ही तो है ही खतरे वाली है, उसकी सोच नू खतरा रहेगा। मास्टर तारा सिंह जी ने एक बार टोड़ा साहब ने पूछा सी, तुसीं हर वेले कहिंदे हो कौम नू खतरा है, पंथ नू खतरा है, की कदे पंथ तो खतरा टलेगा? मास्टर जी ने कहा सी कदी नहीं टलेगा। हर कीमती चीज़ नू खतरा है, सुहप्पण नू, इज्जत नू, पैसे नू, कीमती चीज़ां नू, हीरे जवाहरात नू खतरा है। इन्हां दी संभाल करनी पएगी, पर सड़क दे किनारे पे रोड़े पत्थरां नू कोई खतरा नहीं है इन्हां नू कोई। जिस दिन पंथ तो खतरा खत्म हो गया, उदन समझ लैणा इह पंथ पंथ ही नहीं रहा। सो इह पंथ गुरु गोबिंद सिंह साहब दा पंथ है जिहड़ा खेडे ही खतरे विच है, और खतरे दे विच ही वड्डा हुंदा है, खतरे दे विच ही एक निखरदा है। ता ही करके ते कहा मनू आ साडी दात्री, असी मनू दे सोए, ज्यों ज्यों मनू वड्डदा असी दूण सवाए होए। ये कौम आराम तलबी दे विच आ के जरूर इस नूं खतरा हो जाता है उस वेले है, पर जदों ये निखरदी है उस वेले जदों इस नूं कीमत देनी पैंदी, और हर चंगी चीज़ नूं कीमत देनी पैंदी। बहुत खुशी हुई और तुसी कीमती समा साडे लई कढ़िया दर्शकों लई, और इस उम्मीद दे नाल ही कि जिस एक उस मकसद नूं लैके तुसी अपने मैगजीन नूं चला रहे हो, परमात्मा करे, वाहिगुरु करे कि तुहानूं उस दे विच होर हिम्मत आ। मैं एक होर तुहानूं इस दे बारे, तुसी खतरे दी गल कर रहे सी, इस तों वड्डा खतरा जिहड़ा मैं महसूस कर रहा, इस्लाम दी फिलासफी च एक बहुत शानदार एक उदाहरण आंदी है, शैतान दा जिक्र आंदा। फरिश्ते और शैतान दो चीज़ां दा जिक्र आंदा। तां शैतान दे कंसैप्ट विच है कि रब ने शैतान बनाया, वह भी उसकी सिरजना सी, और शैतान बड़ा फरमा बरदार सी, शैतान ने रब की बड़ी खिदमत की। जदों सदियां बीत गई फिर रब ने अशरफुल मखलूकात, रब ने इंसान की सिरजना की। जदों इंसान सिरजिया तो उसने शैतान नूं कहा कि इस इंसान नूं मत्था टेक, तो शैतान आकड़ गया कि मैं ये किस तरह हो सकता है कि मैं इस नाचीज़ नूं, इस बंदे नूं, इस इंसान नूं मैं मत्था टेक देवां, तो उसने इनकार कर दिता, मुनकर हो गया। रब ने शैतान नूं धरती दे उत्ते सुट दिता। जदों धरती दे उत्ते डिगा, हुण शैतान धार्मिक व्यक्ति का लबादा पा के, धार्मिक व्यक्ति का कलोक पा के, क्योंकि धर्म एक ऐसा लबादा है, एक ऐसा कवच है, धर्म एक कवच है जिहड़ा हर आधी ब्याधी उपाधि तो बचांदा है। धर्म एक आर्मर है, ये हर मुसीबत तो बचाएगा, पर जदों इस नूं कदी एक लबादे दी तौर पर उड़िया जाएगा, पखंड दे तौर पर, इस तो खतरनाक चीज़ कोई नहीं हो सकती। बिगड़िया होया धर्म बहुत खराब करता है। सो वो शैतान जो है उसके बारे कहा गया कि हुण वो धर्म का लबादा पा के वो कुरान दी आयतां पढ़ता है, लोगों नूं गुमराह करता है। ते उन्होंने एक जौक ने बहुत सोहना लिखिया, कहिंदा गया शैतान मारा एक सजदे के ना करने से। केवल लखां उम्र लखां साल उसने रब की उस्तत की, रब की सिफत की, रब की हुक्म विच रहा, मगर जदों उसने उसका हुक्म मनन तो इनकार कर दिता, तो उसके बारे कहा गया शैतान मारा एक सजदे के ना करने से, अगर लाखों बरस सजदे में सर मारा तो क्या मारा, ना मारा नफ़से अम्मारा को पारे को ऐ अक्सीर गर मारा तो क्या मारा। जेकर पारे नूं रगड़ना होए तो एक लख वारी खरल च मसलना पैंदा है, ते जे पारा मार लिया पर जे अंदरों नास्तकता नहीं गई, जे नफस नहीं गई, तो उस पारे नूं मार के की कीता। सिमिलरली गुरु गोबिंद सिंह साहब का हुक्म है कि गुरु ग्रंथ साहब तुहाडा गुरु है, गुरु ग्रंथ साहब नूं तुसीं मत्था टेकना है, गुरु ग्रंथ साहब नूं तुसीं नमस्कार करनी है। जिस दर पे झुके सर ना उसे दर नहीं कहते, जो हर जा पे झुक जाए उसे सर नहीं कहते। सिर एक होंदा है, रब ने सिर जो है उत्ते लाया है, और सिर बुलंद है। हर जानवर दा सिर थले चुकया होया है,
इंसान का सिर बुलंद है। गुरु नानक साहब जिस वेले सुल्तानपुर लोधी गए सी तां उन्होंने सलाम करन तो इनकार कर दिता सी, तां उत्थे दे वजीर ने कहा सी नानक सलाम कर सुल्तान नूं, तां गुरु नानक साहब ने कहा सी आत्मा भूत सलामी करद, जिस बंदे च तमा होएगी लालच होएगी उसका सिर चुकेगा, पर जिस बंदे च तमा नहीं होएगी उसकी गर्दन बुलंद रहेगी। उन्होंने कहा आत्मा भूत सलामी करद गर्दन बेतमा बुलंद बुवद, जिस आदमी च तमा नहीं है उसकी गर्दन बुलंद रहेगी। रब ने इंसान का सिर उत्ते लाया पेट थले लाया, पर जे इंसान ने इस सिर की बुलंदी नूं कायम रखना यही इंसानियत है। जदों मिल के आया उत्थे मैं ना भुल रहा हाँ, जदों जंगल दे विच महाराणा प्रताप नूं तां उसने अपनी दस्तार उसके सिर दे उत्ते रख दित्ती, तां जदों अकबर दे दरबार विच आया तां आकड़ के खड़ा सी, वजीर ने कहा तू चुक क्यों नहीं रहा, तां उहने अपनी पगड़ी वल मां जिहड़ी उहदी महाराणा प्रताप की पगड़ी सी उस वल इशारा करके कहा कि मैं तां चुकदा हाँ यह नहीं चुक रही। सो जिहड़ा व्यक्ति प्रोफेसर पूरन सिंह लिखता है हर सिख नूं गुरु गोबिंद सिंह की कृपान पानी पैंदी है, यह दस्तार गुरु नानक साहब की दस्तार है, यह दस्तार गुरु गोबिंद सिंह साहब की इस दस्तार है। औरंगजेब ने एक हुक्म जारी किया सी जिहड़ा उसकी डायरी विच है, उसके अफसर मुकर्रर किए सन जिहड़े कि बाजारां दे विच घूमते सन दाड़ियां लोगों दी फड़ के मुठ तो थले जिहड़ी दाड़ी सी उसनूं कतर दिंदे सन। अज औरंगजेब नहीं है, अज औरंगजेब दे अफसर नहीं हन, पर जे किसी सिख का उसकी दाढ़ी के उत्ते अगर कैंची है ये हाथ किस दे उत्ते है, ये अटैक गुरु गोबिंद सिंह साहब ते है। जे अगर सिख दस्तार गुरु गोबिंद सिंह साहब की किसी गुरु ग्रंथ साहब के अलावा किसी होर दे अगे चुका रहा है वह शैतान तो भी माड़ा काम है, उसका भावें लखा वारी सिजदे सिर मारे उसका की फायदा है। सो यही बेनती है, यही गुजारिश है, यही इच्छा है कि असी गुरु ग्रंथ साहब की उस रोशनी दे विच केवल एक परमात्मा सारियां दे विच उसकी जोत है, जिथे भी असी रहीए यह सारी कुदरत उस कादर की कुदरत है, असी इस दे विच रह के अपने आप नूं गुरु दे उस दसे होया दर्शां दे मुताबक मगर इस दस्तार की जिहड़ी है यह कीमत रखिए, साडा सिर जिहड़ा है केवल गुरु ग्रंथ साहब दे अगे चुके किसी होर दे अगे ना चुके। दिस इज द ICS Network and you watching Indian Culture Show Sur Sangi. ਤੁਸੀ ਜੰਗਸਟਰ ਨੂੰ ਜੀ ਇਸ ਸਿੱਖੀ ਦੇ ਬਾਰੇ ਜੀ ਜਾਂ ਆਪਣੇ ਆਪਣੇ ਆਪ ਨੂੰ ਬਾਣੀ ਵਿੱਚ ਕਿਸ ਤਰ੍ਹਾਂ ਰੱਖਣਾ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਬਹੁਤ ਇੱਕ ਅਹਿਮ ਸਵਾਲ ਹੈ। ਯੰਗ ਜਾਂ ਉਮਰ, ਸ਼ੇਖ ਸਾਦੀ ਨੇ ਬਹੁਤ ਸੋਹਣਾ ਕਿਹਾ ਹੈ ਕਿ ਬਜ਼ੁਰਗੀਅਤ ਦਾ ਅਕਲ ਨਾਲ ਕੋਈ ਉਮਰ ਨਾਲ ਕੋਈ ਤਾਲਕ ਨਹੀਂ ਹੁੰਦਾ, ਬਜ਼ੁਰਗੀ ਬਾ ਅਕਲ ਨਾ ਬਾ ਉਮਰ। ਸਾਹਿਬਜ਼ਾਦੇ 5 ਔਰ 7 ਸਾਲ ਦੇ ਸਨ ਮਗਰ ਉਹਨਾਂ ਨੂੰ ਅਸੀਂ ਬਾਬਾ ਜੀ ਕਹਿੰਦੇ ਹਾਂ, ਬਾਬਾ ਕਹਿੰਦੇ ਹਾਂ, ਮਗਰ ਕਈ ਬੁੱਢਾ ਜਿੰਨਾ ਮਰਜ਼ੀ ਹੋ ਜਾਏ ਉਸਨੂੰ ਵੀ ਕਹਿੰਦੇ ਇਹਦੀ ਅਕਲ ਅਜੇ ਬੱਚਿਆਂ ਵਰਗੀ ਹੈ। ਸੋ ਜਿਹੜੇ ਯੰਗ ਹੈਗੇ ਹੈ ਸਰੀਰਕ ਤੌਰ 'ਤੇ ਜਿਹੜੇ ਅਜੇ ਸਮਝ ਰਹੇ ਹੈ ਅਤੇ ਉਹਨਾਂ ਲਈ ਤਾਂ ਇੱਕੋ ਗੱਲ ਹੈ ਕਿ ਉਹ ਗੁਰੂ ਸਾਹਿਬਾਨ ਦੇ ਸਾਹਿਬਜ਼ਾਦਿਆਂ ਦੀ ਗੱਲ ਨੂੰ ਚੇਤੇ ਰੱਖਣ ਕਿ ਉਹਨਾਂ ਨੇ ਕਿਸ ਆਦਰਸ਼ ਦੀ ਖਾਤਰ ਕਿਸ ਢੰਗ ਦੇ ਨਾਲ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਔਰ ਕੇਵਲ ਉਹਨਾਂ ਦੇ ਸਾਹਮਣੇ ਨਿਸ਼ਾਨਾ ਇਹੀ ਸੀ ਕਿ ਆਪਣੀ ਪਛਾਣ ਦਾ ਸੀ। ਨਵਾਬ ਅਲੀ ਯਾਰ ਖਾਂ ਜੋਗੀ ਰਹਿਮਾਨੀ ਨੇ ਸਾਹਿਬਜ਼ਾਦਿਆਂ ਦੇ ਬਾਰੇ ਬਹੁਤ ਸੁੰਦਰ ਕਿਹਾ ਹੈ, ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਜਦੋਂ ਇਜਾਜ਼ਤ ਮੰਗੀ ਤਾਂ ਅਲੀ ਯਾਰ ਖਾਂ ਜੋਗੀ ਲਿਖਦੇ ਹਨ ਕਿ ਉਹ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਬੇਟਾ ਤੁਮ ਲੜ ਸਕੋਗੇ, ਤਾਂ ਉਹ ਕਹਿਣ ਲੱਗੇ ਸਰਹੰਦ ਮੇ ਦੀ ਭਾਈਓ ਨੇ ਜਾਨ ਨਹੀਂ ਹੈ, ਕਿਆ ਹਮਕੋ ਧਰਮ ਯੁੱਧ ਕਾ ਕੁਛ ਧਿਆਨ ਨਹੀਂ ਹੈ, ਬੰਦੇ ਕੋ ਛੁਰੀ ਖਾਨੇ ਕਾ ਅਰਮਾਨ ਨਹੀਂ ਹੈ, ਲੜਨਾ ਨਹੀਂ ਆਤਾ ਹਮੇ ਮਰਨਾ ਤੋ ਹੈ ਆਤਾ, ਖੁਦ ਬੜ ਕੇ ਗੜਾ ਤੇਗ ਪੇ ਧਰਨਾ ਤੋ ਹੈ ਆਤਾ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਰੂਠੋ ਨਾ ਖੁਦਾਰਾ ਨਹੀਂ ਰੋਕੇਂਗੇ ਕਭੀ ਹਮ, ਹਮਨੇ ਕਹਾ ਥਾ ਬਾਪ ਕੋ ਜਾਂ ਦੀਜੇ ਧਰਮ ਪਰ, ਲੋ ਅਬ ਆਪ ਕੋ ਕਹਤੇ ਹੈ ਜਾਂ ਦੀਜੇ ਧਰਮ ਪਰ, ਲੇ ਦੇ ਕੇ ਤੁਮ ਹੀ ਥੇ ਮੇਰੇ ਬੇੜੇ ਕੇ ਖਵਈਆ, ਸਰ ਭੇਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਹਮ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ, ਨੇਜ਼ੇ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਵੀ ਮਰੇ ਉਸਸੇ ਇਹਨੇ ਬੇਪੀਰ ਸਮਝਣਾ, ਜਬ ਆਏ ਜ਼ਖਮ ਤੋ ਹੋਣਾ ਨਹੀਂ ਦਿਲਗੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਫ ਮੇਰੀ ਜਾਨ ਮੂੰਹ ਸੇ ਕਭੀ ਵੀ ਨਹੀਂ ਕਰਨਾ, ਲੋ ਜਾਓ ਸਿਧਾਰੋ ਤੁਮੇ ਅੱਲਾਹ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾਹ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ।
ਨੌਜਵਾਨ ਪੀੜ੍ਹੀ ਨੂੰ ਯਾਦ ਰੱਖਣਾ ਚਾਹੀਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਸ ਜੀਵਨ ਤੋਂ ਆਦਰਸ਼ ਸੇਧ ਲੈਣੀ ਚਾਹੀਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਉਹਨਾਂ ਨੂੰ ਕੇਵਲ ਸੀਸ ਦੇ ਦਰਸ਼ਨ ਹੋਏ, ਵੱਡੇ ਸਾਹਿਬਜ਼ਾਦਿਆਂ ਦੇ ਕੇਵਲ ਉਹਨਾਂ ਦੇ ਧੜ ਦੇ ਦਰਸ਼ਨ ਦੂਰੋਂ ਹੋਏ, ਸਰੀਰਾਂ ਦੇ ਦਰਸ਼ਨ ਦੂਰੋਂ ਹੋਏ, ਜਿਸ ਨੂੰ ਤੇਜਾ ਸਿੰਘ ਸਾਬਰ ਨੇ ਬਹੁਤ ਸੋਹਣਾ ਲਿਖਿਆ ਸੀ ਕਿ ਰਾਤ ਪਿੱਛੋਂ ਜੋ ਆਈ ਤੱਤੀ ਉਹ ਖੂਨੀ ਪ੍ਰਭਾਤ ਨਾ ਪੁੱਛੋ, ਬੁਰਜ 'ਚ ਬੈਠੀ ਬੁੱਢੀ ਠੇਰੀ ਕਿੱਦਾਂ ਗੁਜਰੀ ਮਾਤ ਨਾ ਪੁੱਛੋ, ਦਸ਼ਵੇਸ਼ ਦੇ ਨਿੱਕੇ ਲਾਡਲਿਆਂ ਦੀ ਕਿੱਦਾਂ ਚੜ੍ਹੀ ਬਰਾਤ ਨਾ ਪੁੱਛੋ, ਅਜੀਤ ਸਿੰਘ ਦੀ ਲਿਬੜੀ ਦੇਹ ਨੂੰ ਦਇਆ ਸਿੰਘ ਸੀਸ ਨਿਵਾਵਣ ਲੱਗਾ, ਕਮਰ ਕਸਾਓ ਲਾ ਕੇ ਲੱਕ ਤੋਂ ਉਸਦੇ ਉੱਤੇ ਪਾਵਣ ਲੱਗਾ, ਹੱਥ ਪਕੜ ਕੇ ਸਾਹਿਬ ਮੇਰਾ ਮੁੱਖੋਂ ਇੰਝ ਫਰਮਾਵਣ ਲੱਗਾ, ਇੱਕੋ ਜਿਹੇ ਸ਼ਹੀਦ ਨੇ ਮੈਨੂੰ ਕਹਿ ਕੇ ਰੂਹ ਤੜਪਾਵਣ ਲੱਗਾ, ਕਫਨ ਪਾਓ ਜਾਂ ਸਭ ਦੇ ਉੱਤੇ ਜਾਂ ਫਿਰ ਕਿਸੇ ਦੀ ਬਾਤ ਨਾ ਪੁੱਛੋ, ਚਿੜੀਆਂ ਕਾਂਵੀ ਛਮ ਛਮ ਰੋਏ ਬੰਦੇ ਦੀ ਤਾਂ ਬਾਤ ਨਾ ਪੁੱਛੋ। ਅਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਇਸ ਤੋਂ ਅੱਛਾ ਕੋਈ ਨਹੀਂ ਕਹਿ ਸਕਦਾ, ਜਿਹੜਾ ਸ਼ਿਮਲਵੀ ਨੇ ਲਿਖਿਆ ਕਿ ਸਰਹੰਦ 'ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ ਨੇ, ਨੌ ਨਿਹਾਲ ਟੁਰ ਗਏ, ਸੂਬੇ ਨੇ ਕੰਧ ਅੰਦਰ ਦੋਵੇਂ ਨੇ ਪੀੜ ਦਿੱਤੇ, ਕੋਮਲ ਸਰੀਰ ਇੱਟਾਂ ਦੇ ਵਿੱਚ ਪੀੜ ਦਿੱਤੇ। ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ, ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ, ਤੂੰ ਰੂਹ ਬਰੂਸ ਹੈ ਉੱਥੇ, ਕੋਈ ਗੱਲ ਨਾ ਲੁਕਾਈ, ਕੋਈ ਤੂੰ ਸਾਫ ਸਾਫ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੰਜ 'ਤੇ ਨਾ ਕੇਰੀ, ਕੋਈ ਆਹ 'ਤੇ ਨਾ ਕੱਢੀ, ਲਾਲਾ ਨੇ ਕਿਧਰੇ ਉੱਚੀ ਕੋਈ ਸਾਹ 'ਤੇ ਨਾ ਕੱਢੀ, ਤੇਸੀ ਦੇ ਨਾਲ ਲੱਗੀ ਜਦ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਕੋਈ ਚੀਖ 'ਤੇ ਨਾ ਮਾਰੀ। ਇਹ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ, ਜੋ ਉਸ ਨੇ ਵਜਾਇਆ ਉਹ ਸਾਜ਼ ਵੱਖਰਾ ਸੀ। ਸੋ ਬੱਚਿਆਂ ਨੂੰ ਇੱਕੋ ਗੱਲ ਕਹਿਣੀ ਹੈ, ਤੁਸੀਂ ਆਪਣੇ ਵੱਡਿਆਂ ਨੂੰ ਪੁੱਛੋ, ਭਾਈ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੇਸਾਂ ਦੀ ਬੇਅਦਬੀ ਕਿਉਂ ਕਰ ਰਹੇ ਹੋ? ਅਤੇ ਵੱਡਿਆਂ ਨੂੰ ਕੇਵਲ ਇੱਕੋ ਗੱਲ ਕਹਿਣੀ ਹੈ, ਭਾਈ ਜੋਧ ਸਿੰਘ ਨੂੰ ਪੁੱਛਿਆ ਸੀ ਬੱਚੇ ਨੂੰ ਧਰਮ ਦੀ ਸ਼ਿਕਸ਼ਾ ਕਿਹੜੀ ਉਮਰ 'ਚ ਦੇਣੀ ਚਾਹੀਦੀ ਹੈ, ਉਹਨਾਂ ਨੇ ਕਿਹਾ ਸੀ ਬੱਚੇ ਦੇ ਜਨਮ ਤੋਂ 20 ਸਾਲ ਪਹਿਲੇ। ਸੋ ਅੱਜ ਜਿਹੜੇ ਤੁਸੀਂ 2, 3, 4, 5 ਸਾਲ ਦੇ ਬੱਚੇ ਦੇਖ ਰਹੇ ਹੋ, ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ, ਇਹਨਾਂ ਨੂੰ ਜਿਹੜੀ ਗੱਲ ਕਹਿ ਦਿਓਗੇ ਉਹ ਤੁਹਾਡੇ ਅੱਗੇ ਜਾਏਗੀ, ਨਹੀਂ ਤਾਂ ਜਿਹੜੀ ਹਾਲਤ ਹੋ ਰਹੀ ਹੈ ਅਗਲੀ ਜਨਰੇਸ਼ਨ ਇਸ ਤਰ੍ਹਾਂ ਹੋਏਗੀ ਕਿ ਹੱਥ ਮੂੰਹ ਜੇਬ ਦੇ ਵਿੱਚ ਸਿਗਰਟ ਦੀ ਡੱਬੀ ਹੋਏਗੀ, ਮੂੰਹ ਦੇ ਵਿੱਚ ਪਾਨ ਹੋਏਗਾ, ਅਤੇ ਆਪਣੇ ਬਾਪ ਦੀ ਬਜ਼ੁਰਗ ਦੀ ਜਿਹੜੀ ਦਸਤਾਰ ਹੈ ਉਹ ਸ਼ੀਸ਼ੇ ਦੇ ਕੇਸ 'ਚ ਰੱਖੀ ਹੋਏਗੀ ਕਿ ਸਾਡੇ ਬਜ਼ੁਰਗ ਵੀ ਸਿੱਖ ਹੁਆ ਕਰਦੇ ਥੇ। ਐਸੀ ਨੌਬਤ ਨਾ ਆ ਜਾਏ, ਅਸੀਂ ਸਮਝੀਏ ਜੋ ਬਾਤ ਮੁਨਾਸਿਬ ਹੈ ਉਹ ਹਾਸਿਲ ਨਹੀਂ ਕਰਤੇ, ਜੋ ਆਪਣੀ ਗ੍ਰਹਿ ਮੈਂ ਉਸੇ ਖੋ ਵੀ ਰਹੇ ਹੈ, ਬੇਇਲਮ ਵੀ ਹਮ ਲੋਕ ਹੈ, ਗਫਲਤ ਵੀ ਹੈ ਤਾਰੀ, ਅਫਸੋਸ ਕਿ ਅੰਧੇ ਵੀ ਹੈ ਔਰ ਸੋ ਵੀ ਰਹੇ। ਬਹੁਤ ਬਹੁਤ ਸ਼ੁਕਰੀਆ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਇਹ ਮੌਕਾ ਦਿੱਤਾ ਹੈ। ਦਿਸ ਇਜ਼ ਦ ICS ਨੈਟਵਰਕ ਐਂਡ ਯੂ ਵਾਚਿੰਗ ਇੰਡੀਅਨ ਕਲਚਰ ਸ਼ੋਅ ਸੁਰ ਸੰਗੀਤ।